ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰ ਪਾਲਾ ਪਰਮ ਕਿਰ ਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾਂ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਪਈ ਗਮਨ ਕੀਨ ਪੁਨ ਗੁਣ ਗਨ ਖਾਨੀ ਆਈ ਤਬੈ ਉਜਾਰ ਮਹਾਨੀ ਨਹਿ ਮਾਨੁਖ ਤਨ ਕਹੂੰ ਦਿਸਾਇਓ ਗਮਨ ਕੀਨ ਪੁਨ ਗੁਣ ਗਨ ਖਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਰ ਸਿੰਘ ਜੀਓ ਸੰਧਿਆ ਦੇ ਸਮੇਂ ਦਾ ਦੀਵਾਨ ਸੱਜਿਆ ਹੈ ਸੋ ਦਰ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਔਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸ਼ਰਵਣ ਕੀਤਾ ਹੈ ਹੁਣ ਗੁਰ ਇਤਿਹਾਸ ਕਥਾ ਦਾ ਸਮਾਂ ਹੋਇਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਜੀਵਨ ਇਤਿਹਾਸ ਕੌਤਕਾਂ ਦੀ ਲੜੀ ਨੂੰ ਕੱਲ ਆਪ ਜੀ ਨੇ ਇੱਥੋਂ ਤੱਕ ਸ਼ਰਵਣ ਕੀਤਾ ਸੀ ਕਿ ਸਤਿਗੁਰੂ ਮਹਾਰਾਜ ਯਾਤਰਾ ਦੇ ਵਿੱਚ ਰਸਤੇ 'ਚ ਚੱਲ ਰਹੇ ਨੇ ਸਤਿਗੁਰਾਂ ਨੂੰ ਅੱਗੋਂ ਇੱਕ ਵਪਾਰੀ ਮਿਲਿਆ ਜਿਹਦੇ ਕੋਲ ਇੱਕ ਛੋਟੀ ਜਿਹੀ ਗਠੜੀ ਸੀ ਮਹਾਰਾਜ ਜੀ ਨੇ ਆਗਿਆ ਕੀਤੀ ਭਾਈ ਇਸ ਗਠੜੀ ਦੇ ਵਿੱਚ ਕੀ ਹੈ ਕੀ ਲੈ ਕੇ ਜਾ ਰਿਹਾ ਹੈ ਵਪਾਰੀ ਕਹਿਣ ਲੱਗਾ ਜੀ ਮਹਾਰਾਜ ਵਪਾਰੀ ਹਾਂ ਔਰ ਕੁਝ ਸੌਦਾ ਹੈ ਤੇਲ ਹੈ ਲੂਣ ਹੈ ਇਤਿਆਦਿਕ ਚੀਜ਼ਾਂ ਨੇ ਇਹ ਵੇਚ ਕੇ ਮੈਂ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਦਾ
ਮਹਾਰਾਜ ਕਹਿਣ ਲੱਗੇ ਖੋਲ੍ਹ ਕੇ ਦਿਖਾ। ਉਸਨੇ ਗਠੜੀ ਖੋਲ੍ਹ ਕੇ ਸਤਿਗੁਰਾਂ ਦੇ ਅੱਗੇ ਰੱਖੀ। ਸੌਦਾ ਤੋਲਣ ਦੇ ਲਈ ਉਹਦੇ ਕੋਲ ਜਿਹੜੇ ਵੱਟੇ ਸਨ ਮਹਾਰਾਜ ਨੇ ਹੱਥ ਦੇ ਵਿੱਚ ਪਕੜੇ ਨੇ। ਸਤਿਗੁਰਾਂ ਨੇ ਉਹਨਾਂ ਦੇ ਨਾਂ ਪੁੱਛੇ ਕਿਤਨੇ ਵਜ਼ਨ ਦਾ ਕਿਹੜਾ ਵੱਟਾ ਹੈ, ਸਾਰਾ ਕੁਝ ਦੱਸਿਆ ਉਸ ਵਪਾਰੀ ਨੇ। ਫਿਰ ਛੋਟਾ ਜਿਹਾ ਵੱਟਾ ਇੱਕ ਸਤਿਗੁਰਾਂ ਨੇ ਹੱਥ ਦੇ ਵਿੱਚ ਪਕੜਿਆ ਸੀ। ਕਹਿਣ ਲੱਗਾ ਮਹਾਰਾਜ ਇਹ ਪਾਈਆ ਦਾ ਵੱਟਾ ਹੈ, ਇਹ ਸਭ ਤੋਂ ਛੋਟਾ ਹੈ। ਮਹਾਰਾਜ ਕਹਿਣ ਲੱਗੇ ਸਾਨੂੰ ਤਾਂ ਫਿਰ ਛੋਟਾ ਹੀ ਚੰਗਾ ਲੱਗਦਾ ਹੈ, ਜੋ ਛੋਟਾ ਹੋਵੇ ਉਹੀ ਗੁਰੂ ਨੂੰ ਪਿਆਰਾ ਲੱਗਦਾ ਹੈ। ਬਸ ਇਤਨੀ ਕਹਿਣ ਦੀ ਦੇਰ ਸੀ, ਉਹ ਵਪਾਰੀ ਸਤਿਗੁਰਾਂ ਨੂੰ ਸਾਧੂ ਸੰਤ ਜਾਣ ਕੇ, ਮਹਾਤਮਾ ਜਾਣ ਕੇ ਚਰਨਾਂ 'ਤੇ ਟੈਪਿਆ, ਨਮਸਕਾਰ ਕੀਤੀ। ਮਹਾਰਾਜ ਜੀ ਨੇ ਉਹਦੇ ਸਿਰ ਦੇ ਉੱਪਰ ਹੱਥ ਰੱਖਿਆ ਔਰ ਉਹਦੇ ਵਾਰੇ ਨਿਆਰੇ ਕਰ ਦਿੱਤੇ, ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਉਹਦੇ 'ਤੇ ਇਸ ਤਰ੍ਹਾਂ ਦੇ ਨਾਲ ਕਿਰਪਾ ਕੀਤੀ ਸੀ। ਇਹ ਸਾਰੇ ਵਿਚਾਰ ਨੂੰ ਵਿਸਤਾਰ ਦੇ ਨਾਲ ਆਪ ਜੀ ਨੇ ਕੱਲ੍ਹ ਸ਼੍ਰਵਣ ਕੀਤਾ। ਹੋਰ ਵੀ ਇਤਿਹਾਸ ਅੱਗੇ ਜਿਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਾਵਨ ਕਥਾ ਨੂੰ ਤੋਰਦੇ ਨੇ, ਉਸਨੂੰ ਆਪ ਪਿਆਰ ਨਾਲ ਬੈਠ ਕੇ ਸ਼੍ਰਵਣ ਕਰੋ ਜੀ। ਗਮਨ ਕੀਨ ਪੁਨ ਗੁਣ ਗਨ ਖਾਨੀ, ਗੁਣਾਂ ਦੀ ਖਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਸ ਵਪਾਰੀ ਦੇ ਤਾਈਂ ਨਿਹਾਲ ਕਰਕੇ, ਉਸ ਤੇ ਕਿਰਪਾ ਕਰਕੇ ਅੱਗੇ ਚੱਲ ਪਏ ਹਨ। ਆਈ ਤਬੈ ਉਜਾੜ ਮਹਾਨੀ, ਚਲਦਿਆਂ ਹੋਇਆਂ ਰਸਤੇ ਦੇ ਵਿੱਚ ਬੜੀ ਉਜਾੜ ਆ ਗਈ। ਦੋਨਾਂ ਪਾਸਿਆਂ ਤੇ ਰੁੱਖ ਹੀ ਰੁੱਖ, ਜੰਗਲ ਭਿਆਨਕ ਦਿਖਾਈ ਦਿੰਦਾ ਹੈ। ਕਿਤੇ ਕੌਸਲੋ ਗ੍ਰਾਮ ਨਾ ਆਇਓ, ਬਹੁਤ ਕੋਹਾਂ ਤੱਕ ਸਤਿਗੁਰੂ ਮਹਾਰਾਜ ਜੀ ਚੱਲ ਪਏ ਨੇ। ਰਸਤੇ ਦੇ ਵਿੱਚ ਕੋਈ ਨਗਰ ਕੋਈ ਪਿੰਡ ਸ਼ਹਿਰ ਨਹੀਂ ਆਇਆ। ਨੈ ਮਾਨਕ ਤਨ ਕਹੂੰ ਦਿਸਾਇਓ, ਨਗਰ ਤੇ ਬੜੀ ਦੂਰ ਦੀ ਗੱਲ। ਭਾਈ ਸਾਹਿਬ ਕਹਿੰਦੇ ਨੇ ਰਸਤੇ ਦੇ ਵਿੱਚ ਮਨੁੱਖ ਦਾ ਕੋਈ ਨਾਮੋ ਨਿਸ਼ਾਨ ਦਿਖਾਈ ਨਹੀਂ ਦਿੰਦਾ, ਕੋਈ ਮਨੁੱਖ ਵੀ ਨਹੀਂ ਹੈ। ਅਵਲੋਕਤ ਬੋਲਿਓ ਮਰਦਾਨਾ, ਇਤਨੀ ਭਿਆਨਕ ਉਜਾੜ ਤੇ ਕਿਸੇ ਪਸ਼ੂ ਪੰਛੀ ਦਾ ਵੀ ਉੱਥੇ ਨਿਸ਼ਾਨ ਨਾ ਦੇਖ ਕੇ ਭਾਈ ਮਰਦਾਨਾ ਜੀ ਬੋਲੇ ਹਨ। ਸ੍ਰੀ ਪ੍ਰਭ ਇਹ ਉਦਿਆਨ ਮਹਾਨਾ, ਸਤਿਗੁਰੂ ਮਹਾਰਾਜ ਇਹ ਤੇ ਬੜਾ ਭਿਆਨਕ ਜੰਗਲ ਹੈ, ਇੱਥੇ ਤੇ ਕੋਈ ਮਨੁੱਖ ਕੋਈ ਪਿੰਡ ਸ਼ਹਿਰ ਦਿਖਾਈ ਨਹੀਂ ਦਿੰਦਾ। ਜਿਸ ਕੋ ਦੇਖ ਮਾ ਭੈ ਆਵੇ, ਮਹਾਰਾਜ ਇਹ ਤੇ ਇਸ ਤਰ੍ਹਾਂ ਦਾ ਇਲਾਕਾ ਹੈ, ਇਹਨੂੰ ਤੇ ਵੇਖ ਕੇ ਡਰ ਆਉਂਦਾ ਹੈ, ਇਤਨਾ ਭਿਆਨਕ ਹੈ। ਨਹਿ ਮਾਨੁਕ ਤਨ ਕਹੂੰ ਦਿਸਾਵੇ, ਮਹਾਰਾਜ ਕਿਤਨੇ ਕੋਹਾਂ ਦੇ ਆਪਾਂ ਚੱਲ ਰਹੇ ਹਾਂ, ਕੋਈ ਮਨੁੱਖ ਮੈਨੂੰ ਅਜੇ ਤੱਕ ਦਿਖਾਈ ਨਹੀਂ ਦਿੱਤਾ। ਸੁਣ ਕੇ ਬੋਲੇ ਕਿਰਪਾ ਨਿਧਾਨਾ, ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਅੱਗੋਂ ਬਚਨ ਕੀਤਾ ਹੈ। ਇਹ ਨਾ ਲਖੋ ਉਜਾਰ ਮਹਾਨਾ, ਸਤਿਗੁਰੂ ਕਹਿਣ ਲੱਗੇ ਮਰਦਾਨਿਆ ਇਹਨੂੰ ਭੁੱਲ ਕੇ ਵੀ ਉਜਾੜ ਨਾ ਕਹਿ, ਇਹ ਉਜਾੜ ਨਹੀਂ ਹੈ। ਵੱਡੋ ਨਗਰ ਬਸਦੀ ਅਬਿਰਾਮੂ, ਸਤਿਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਾ ਜੀ ਇਹ ਬੜਾ ਸੋਹਣਾ ਬੜਾ ਵਧੀਆ ਵਸਦਾ ਹੋਇਆ ਨਗਰ ਹੈ। ਸਿਮਰਨ ਹੋਤ ਜਹਾਂ ਸਤਨਾਮੂ, ਕਿਉਂਕਿ ਇੱਥੇ ਆਪਾਂ ਚੱਲ ਰਹੇ ਹਾਂ, ਤੁਹਾਡੇ ਹਿਰਦੇ ਦੇ ਵਿੱਚ ਵੀ ਤੇ ਮੇਰੇ ਵੀ ਵਾਹਿਗੁਰੂ ਦਾ ਸਿਮਰਨ ਚੱਲ ਰਿਹਾ ਹੈ, ਔਰ ਜਿੱਥੇ ਵੀ ਵਾਹਿਗੁਰੂ ਦਾ ਸਿਮਰਨ ਹੋਵੇ ਜੈ ਪਰਮੇਸ਼ਰ ਚੇਤਨਾ ਆਵੇ, ਉਹ ਹਰ ਇੱਕ ਥਾਂ ਵਸਦੀ ਹੋਈ ਹੈ ਜਿੱਥੇ ਵਾਹਿਗੁਰੂ ਦਾ ਸਿਮਰਨ ਹੋਵੇ। ਉਜਾੜ ਤੇ ਸਤਿਗੁਰੂ ਕਹਿੰਦੇ ਨੇ ਉਹ ਹੁੰਦਾ ਹੈ ਜਿੱਥੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਨਾ ਹੋਵੇ। ਸੋ ਵਸਦੀ ਉਦਿਆਨ ਲਖਾਵੇ, ਚਾਹੇ ਉਹ ਘੁੱਗ ਵਸਦੀ ਨਗਰੀ ਹੋਵੇ, ਲੱਖਾਂ ਲੋਕ ਉੱਥੇ ਵਸਦੇ ਹੋਣ, ਪਰ ਜੇਕਰ ਉਹਦੇ ਵਿੱਚ ਵਸਣ ਵਾਲੇ ਲੋਕਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਸਤਿਗੁਰੂ ਕਹਿੰਦੇ ਨੇ ਉਹ ਭਿਆਨਕ ਜੰਗਲ ਹੈ। ਪਰ ਜੇਕਰ ਜੰਗਲ ਦੇ ਵਿੱਚ ਵੀ ਕੋਈ ਵਸਦਾ ਹੈ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਤੇ ਉਹ ਨਗਰ ਹੈ, ਉਹ ਸ਼ਹਿਰ ਹੈ। ਸਤਿਗੁਰੂ ਮਹਾਰਾਜ ਮਨੁੱਖਾਂ ਦੀ ਗਿਣਤੀ ਦੇ ਕਰਕੇ ਨਗਰ ਜਾਂ ਸ਼ਹਿਰ ਜਾਂ ਜੰਗਲ ਦੀ ਗੱਲ ਨਹੀਂ ਕਰਦੇ, ਮਹਾਰਾਜ ਤੇ ਕਿਰਪਾ ਕਰਦੇ ਨੇ। ਨਾਮ ਹੀ ਨਗਰ ਹੈ, ਨਾਮ ਹੀ ਸੁੱਖ ਹੈ, ਜਿੱਥੇ ਨਾਮ ਨਹੀਂ ਉਹ ਤੇ ਉਜਾੜ ਹੀ ਹੈ, ਉਹ ਤੇ ਜੰਗਲ ਹੀ ਹੈ। ਫਿਰ ਸਤਿਗੁਰੂ ਮਹਾਰਾਜ ਇਲਾਹੀ ਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਸਤਿਗੁਰਾਂ ਦੇ ਪਾਵਨ ਬਚਨ ਹਨ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ, ਚਾਹੇ ਉਹ ਰੜਾ ਮੈਦਾਨ ਹੋਵੇ, ਕੋਈ ਨਾਮ ਜਪਣ ਵਾਲਾ ਹੋਵੇ, ਮਹਾਰਾਜ ਕਹਿੰਦੇ ਨੇ ਸੋਨੇ ਦੇ ਮਹਿਲਾਂ ਵਰਗਾ। ਪਰ ਇਤਨੀ ਵੀ ਗੱਲ ਸਪਸ਼ਟ ਹੈ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇ ਹੀ ਨਗਰ ਉਜਾੜੀ ਜੀਓ। ਉਹ ਤੇ ਚਾਹੇ ਵਧੀਆ ਵਸਦਾ ਨਗਰ ਹੋਵੇ, ਮਹਿਲ ਬਣੇ ਹੋਣ, ਉਹ ਸਤਿਗੁਰੂ ਕਹਿੰਦੇ ਨੇ ਨਗਰ ਵੀ ਉਜਾੜ ਹੈ। ਤੇ ਜਿੱਥੇ ਹਿਰਦੇ ਦੇ ਵਿੱਚ ਨਾਮ ਹੋਵੇ, ਸੇ ਅਸਥਿਲ ਸੋਇਨ ਚੌਬਾਰੇ, ਆਮ ਨਗਰ ਨਹੀਂ, ਉਹ ਸੋਨੇ ਦਾ ਬਣਿਆ ਹੋਇਆ ਨਗਰ ਹੈ। ਇਹ ਵਾਹਿਗੁਰੂ ਦੇ ਨਾਮ ਦੀਆਂ ਰਹਿਮਤਾਂ ਹਨ, ਫਰਕ ਨਾ ਹੋਵੇ ਤਾਂ ਕਦਾਈ, ਕਿਉਂਕਿ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ,
ਜਿੱਥੇ ਬੰਦਗੀ ਨਹੀਂ ਉੱਥੇ ਕਦੇ ਵੀ ਜੀਵਨ ਦੇ ਵਿੱਚ ਮਨੁੱਖ ਦੇ ਕੋਲ ਸੁੱਖ ਨਹੀਂ ਹੁੰਦਾ। ਜਹਾਂ ਕਬੂ ਪ੍ਰਭ ਗੁਣ ਗਾਈ, ਜਿੱਥੇ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ ਉੱਥੇ ਕੋਈ ਖੁਸ਼ੀ ਨਹੀਂ, ਉੱਥੇ ਕੋਈ ਆਨੰਦ ਨਹੀਂ। ਸਾਰੀਆਂ ਖੁਸ਼ੀਆਂ ਤੇ ਆਨੰਦ ਵਾਹਿਗੁਰੂ ਦੇ ਨਾਮ ਕਰਕੇ ਹਨ। ਦੋਹਰਾ ਸਿੱਧ ਸਾਧ ਜੋਗੀ ਜਤੀ। ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਭਾਈ ਮਰਦਾਨਾ ਜੀ ਦੇਖੋ ਤੁਸੀਂ ਪੁਰਾਣਾ ਇਤਿਹਾਸ ਜਾਂ ਕਥਾ ਕਹਾਣੀਆਂ ਇਸ ਤਰ੍ਹਾਂ ਦੀਆਂ ਸੁਣੀਆਂ ਹੋਵਣਗੀਆਂ ਕਿ ਬੜੇ ਬੜੇ ਸਿੱਧ, ਬੜੇ ਬੜੇ ਜੋਗੀ ਤੇ ਹੋਰ ਸਾਧਨਾ ਕਰਨ ਵਾਲੇ ਸਾਧੂ ਜਨ ਤਪੀ ਚਹਿਤ ਸਭ ਨਾਮ। ਫਿਰ ਬੜੇ ਬੜੇ ਤਪੀਸ਼ਵਰ ਉਹ ਵੀ ਨਾਮ ਦੀ ਹੀ ਮੰਗ ਕਰਦੇ ਹਨ। ਜਗ ਕੇ ਸਵਾਦ ਵਿਸਾਰ ਕੇ। ਔਰ ਐਸੇ ਐਸੇ ਰਿਸ਼ੀ ਮੁਨੀ, ਐਸੇ ਜੋਗੀ ਤਪੀਸ਼ਵਰ ਹੋਏ ਨੇ ਜਿਨ੍ਹਾਂ ਨੇ ਨਾਮ ਦੇ ਰਸ ਦੇ ਕਰਕੇ ਦੁਨੀਆਂ ਦੇ ਰਸਾਂ ਨੂੰ ਛੱਡ ਦਿੱਤਾ। ਤਿਆਗ ਗਏ ਨਿਜ ਧਾਮ। ਬਸ ਇਹੀ ਕਾਰਨ ਹੈ ਕਿ ਰਿਸ਼ੀ ਮੁਨੀਆਂ ਨੇ ਘਰ ਬਾਰ ਛੱਡ ਦਿੱਤੇ ਤੇ ਜੰਗਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਨਾਮ ਦੀ ਕਮਾਈ ਕਰਨੀ ਸ਼ੁਰੂ ਕੀਤੀ। ਉਹਦਾ ਕਾਰਨ ਇਹੀ ਸੀ, ਉਹਨਾਂ ਨੂੰ ਪਤਾ ਚੱਲਿਆ ਕਿ ਮਹਿਲਾਂ ਦੇ ਵਿੱਚ ਤੇ ਰਹਿ ਰਹੇ ਹਾਂ ਪਰ ਇਹਨਾਂ ਮਹਿਲਾਂ ਦੇ ਵਿੱਚ ਕੋਈ ਸੁੱਖ, ਕੋਈ ਸ਼ਾਂਤੀ ਨਹੀਂ ਹੈ ਕਿਉਂਕਿ ਹਿਰਦੇ ਦੇ ਵਿੱਚ ਨਾਮ ਨਹੀਂ ਹੈ। ਦੋਹਰਾ ਸੋਰਠਾ ਹਿਰਦਾ ਨਾਮ ਪ੍ਰੇਮ ਸਮਾਏ। ਸਤਿਗੁਰੂ ਮਹਾਰਾਜ ਜੀ ਦੇ ਬਾਰੇ ਇਹ ਹੁਣ ਬਚਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਸਤਿਗੁਰੂਆਂ ਦਾ ਹਿਰਦਾ ਐਸਾ ਹੈ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਸਮਾ ਨਹੀਂ ਰਿਹਾ। ਸ੍ਰੀ ਨਾਨਕ ਤਨ ਭਗਤ ਤਹਰ। ਭਗਤੀ ਦਾ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਆਪ ਪਰਮਾਤਮਾ ਦਾ ਰੂਪ, ਆਪ ਨਾਰਾਇਣ ਕਲਾਤਾਰ, ਐਸੇ ਦਾਤਾ ਗੁਰੂ, ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਪ੍ਰਤੀ ਇਤਨਾ ਪ੍ਰੇਮ ਹੈ ਕਿ ਉਹ ਉਛਾਲੇ ਮਾਰ ਕੇ ਬਾਹਰ ਨੂੰ ਆਉਂਦਾ ਹੈ। ਆਸਾ ਰਾਗ ਉਠਾਏ। ਇਸੇ ਪ੍ਰੇਮ ਦੇ ਵਿੱਚ, ਇਸੇ ਪ੍ਰੇਮ ਦੇ ਅਧੀਨ ਸਤਿਗੁਰੂ ਮਹਾਰਾਜ ਜੀ ਨੇ ਆਸਾ ਰਾਗ ਦੀ ਧੁਨ ਉਠਾਈ ਹੈ। ਗਾਇਓ ਸ਼ਬਦ ਬਣਾਏ ਕੈ। ਔਰ ਬਹੁਤ ਸੁੰਦਰ ਇਲਾਹੀ ਬਾਣੀ ਦਾ ਇੱਕ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਜੋ ਆਸਾ ਰਾਗ ਦੇ ਵਿੱਚ ਦਰਜ ਹੈ 358 ਅੰਗ ਦੇ ਉੱਪਰ। ਆਸਾ ਘਰ ਚੌਥਾ ਮਹੱਲਾ ਪਹਿਲਾ। ਆਸਾ ਘਰ ਚੌਥਾ ਸੁਰ ਤਾਲ ਚੌਥੇ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਇਹ ਪਾਵਨ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉੱਪਰ ਸਤਿਗੁਰੂ ਮਹਾਰਾਜ ਮੰਗਲਾ ਚਰਨ ਕਰਦੇ ਨੇ ਛੋਟੇ ਰੂਪ ਦੇ ਵਿੱਚ। ਇੱਕ ਉਹ ਪਰਮਾਤਮਾ ਇੱਕ ਹੈ, ਓਅੰਕਾਰ ਸਾਰੇ ਪਾਸੇ ਵਿਆਪਕ ਹੈ, ਅਦੁੱਤੀ ਹੈ, ਉਹਦੇ ਵਰਗਾ ਦੂਸਰਾ ਕੋਈ ਨਹੀਂ। ਸਤਿਗੁਰ ਪ੍ਰਸਾਦ ਔਰ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਦੇਵਤਿਆਂ ਦਰਸ਼ਨ ਕਹਿ ਤਾਈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਐ ਵਾਹਿਗੁਰੂ, ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ। ਇਹ ਸ਼ਬਦ ਦੇ ਵਿੱਚ ਪਰਮਾਤਮਾ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਤੇ ਉਹਦੇ ਚਰਨਾਂ ਵਿੱਚ ਅਰਦਾਸ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਦੇਵਤਿਆਂ ਦਰਸ਼ਨ ਕਹਿ ਤਾਈ। ਐ ਮੇਰੇ ਮਾਲਕ, ਬੜੇ ਬੜੇ ਦੇਵਤਿਆਂ ਨੇ ਤੇ ਦੇਵਤਿਆਂ ਵਰਗੇ ਚੰਗੇ ਸੁਭਾਅ ਵਾਲੇ ਮਨੁੱਖਾਂ ਨੇ ਤੇਰੇ ਦਰਸ਼ਨਾਂ ਦੇ ਵਾਸਤੇ ਦੁੱਖ ਭੁੱਖ ਤੀਰਥ ਕੀਏ। ਬੜੇ ਬੜੇ ਤਰ੍ਹਾਂ ਦੇ ਜੀਵਨ ਦੇ ਵਿੱਚ ਦੁੱਖ ਚੱਲੇ, ਬੜੇ ਉਹਨਾਂ ਨੇ ਭੁੱਖਾਂ ਨੂੰ ਸਹਾਰਿਆ। ਕਈ ਕਈ ਦਿਨਾਂ ਤੱਕ ਉਹ ਭੁੱਖੇ ਪਿਆਸੇ ਰਹੇ, ਤੀਰਥਾਂ ਦਾ ਰਟਨ ਕਰਦੇ ਰਹੇ, ਘਰ ਬਾਰ ਉਹਨਾਂ ਨੇ ਤਿਆਗਿਆ ਬਸ ਤੇਰੇ ਦਰਸ਼ਨਾਂ ਦੇ ਕਰਕੇ। ਜੋਗੀ ਜਤੀ ਜੁਗਤ ਮਹਿ ਰਹਤੇ। ਫਿਰ ਬੜੇ ਬੜੇ ਜੋਗੀ ਲੋਕ, ਜਤੀ ਲੋਕ, ਉਹ ਆਪਣੀਆਂ ਜੁਗਤੀਆਂ ਦੇ ਵਿੱਚ ਆਪਣੀ ਮਰਿਆਦਾ, ਜਿਹੜੀ ਉਹਨਾਂ ਦੀ ਮਰਿਆਦਾ ਹੈ, ਢੰਗ ਤਰੀਕਾ ਹੈ, ਉਹਨਾਂ ਨੂੰ ਉਹ ਵਰਤਦੇ ਨੇ, ਜੋਗ ਸਾਧਨਾ ਕਰਦੇ ਹਨ। ਕਰ ਕਰ ਭਗਵੇ ਭੇਖ ਭਏ। ਫਿਰ ਬੜੇ ਬੜੇ ਇਸ ਤਰ੍ਹਾਂ ਦੇ ਲੋਕ ਹੋਏ ਨੇ ਜਿਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੇ ਲਿਬਾਸ ਆਪਣੇ ਤਨ ਤੇ ਧਾਰਨ ਕੀਤੇ, ਕਿਸੇ ਨੇ ਕਾਲੇ, ਕਿਸੇ ਨੇ ਭਗਵੇ ਰੰਗ ਦੇ। ਤਉ ਕਾਰਨ ਸਾਹਿਬਾ। ਹੇ ਪ੍ਰਮਾਤਮਾ, ਇਹ ਜੋ ਕੁਝ ਵੀ ਹੋਇਆ ਇਹ ਤੇਰੇ ਕਾਰਨ ਹੈ। ਰੰਗ ਰਤੇ। ਇਹ ਸਾਰੇ ਦੇ ਸਾਰੇ ਤੇਰੇ ਪਿਆਰ ਦੀ ਖਾਤਰ, ਤੇਰੇ ਦਰਸ਼ਨਾਂ ਦੀ ਖਾਤਰ, ਤੇਰੇ ਪ੍ਰੇਮ ਦੇ ਵਿੱਚ ਰੰਗੇ ਹੋਏ ਹਨ। ਤੇਰੇ ਨਾਮ ਅਨੇਕਾਂ, ਰੂਪ ਅਨੰਤਾ। ਹੇ ਮਾਲਕ, ਤੂੰ ਐਸਾ ਹੈ ਕਿ ਤੇਰੇ ਨਾਮ ਅਨੇਕਾਂ ਨੇ, ਸੈਂਕੜੇ ਤੇਰੇ ਨਾਮ ਨੇ ਜਿਨ੍ਹਾਂ ਨੂੰ ਇੱਕ ਰਸਨਾ ਦੇ ਨਾਲ ਤੇ ਕੀ ਹਜ਼ਾਰਾਂ ਰਸਨਾ ਵੀ ਹੋਣ ਤੇ ਗਾਇਨ ਨਹੀਂ ਕੀਤਾ ਜਾ ਸਕਦਾ। ਸੈਂਕੜੇ ਨਾਮ ਸਤਿਗੁਰਾਂ ਨੇ ਇਲਾਹੀ ਬਾਣੀ ਦੇ ਵਿੱਚ ਪਰਮਾਤਮਾ ਦੇ ਦਰਜ ਕੀਤੇ ਨੇ, ਔਰ ਸੈਂਕੜੇ ਨਾਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਜਾਪ ਸਾਹਿਬ ਦੀ ਇੱਕ ਬਾਣੀ ਦੇ ਵਿੱਚ ਹੀ ਦਰਜ ਕਰਦੇ ਨੇ। ਸੈਂਕੜੇ ਨਾਮ ਨੇ ਜਾਪ ਸਾਹਿਬ ਦੇ ਵਿੱਚ, ਤੋ ਤੇਰੇ ਅਨੇਕਾਂ ਨਾਮ ਹਨ ਤੇ ਅਨੰਤਾਂ ਤੇਰੇ ਰੂਪ ਹਨ। ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਫਿਰ ਮੇਰੇ ਮਾਲਕ, ਤੂੰ ਐਸਾ ਹੈ ਕਿ ਤੇਰਾ ਜਿਹੜਾ ਰੂਪ ਹੈ, ਤੇਰਾ ਜਿਹੜਾ ਰੰਗ ਹੈ, ਉਹਦੇ ਬਾਰੇ ਵੀ ਨਹੀਂ ਕਿਹਾ ਜਾ ਸਕਦਾ ਕਿਤਨੇ ਰੂਪ ਨੇ ਤੇਰੇ। ਅਨੰਤ ਰੂਪ ਤੇਰੇ ਨਾਰਾਇਣਾ, ਤੋ ਅਨੇਕਾਂ ਤੇਰੇ ਰੂਪ ਨੇ।
फिर तेरे जेड़े गुण हन उन्हां दे बारे भी मैं अपनी एक रचना दे नाल सारे गुणा नूं बयान नहीं कर सकता। ये रहाओ वालियां पंक्तियां ने केंद्री भाव है शब्द का। विश्राम दे के सतगुरु अगे कृपा करदे हन। दर कर महला हस्ती घोड़े ऐ मालक तेरे दर्शना दी खातर तौ कारण साहिबा। ए पंक्ति सारियां पंक्तियां दे नाल लगदी। तौ कारण साहिबा तेरे करके बड़े बड़े राजे महाराजियां ने घर भी छड दिता, घरां दे दरवाजे छड दिते, महल माड़ियां छड दित्तियां हन। छोड विलायत देश गए ओ अपने हाथी घोड़ियां नूं छड के जिन्हां दे कोल महल माड़ियां हाथी घोड़े सन। हरिचंद राजे वर्गे होर कई बड़े बड़े वड्डे राजे जेड़े सन, बहुत सारे जोगी ओ सन जेड़े बाद दे विच गोरखनाथ दे चेले बने। ਉਹ ਪਹਿਲਾਂ ਤੇ ਸਾਰੇ ਦੇ ਸਾਰੇ ਰਾਜੇ ਸਨ, ਬਹੁਤ ਸਾਰੇ ਰਾਜੇ ਗੋਰਖਨਾਥ ਦੇ ਚੇਲੇ ਬਣੇ। ਤੋ ਉਹ ਸਾਰੇ ਦੇ ਸਾਰੇ ਰਾਜੇ ਹਾਥੀ ਘੋੜਿਆਂ ਨੂੰ ਛੱਡ ਕੇ, ਮਹਿਲ ਮਾੜੀਆਂ ਨੂੰ ਛੱਡ ਕੇ, ਆਪਣੇ ਦੇਸ਼ਾਂ ਨੂੰ, ਆਪਣੇ ਇਲਾਕਿਆਂ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਚਲੇ ਗਏ, ਜੰਗਲਾਂ ਦੇ ਵਿੱਚ ਚਲੇ ਗਏ। ਤੋ ਕਾਰਨ ਤੇਰੇ ਕਰਕੇ ਪੀਰ ਪੈਗੰਬਰ ਸਾਲਿਕ ਸਾਧਕ। ਫਿਰ ਇਤਨਾ ਹੀ ਨਹੀਂ ਐ ਮਾਲਕ, ਤੋ ਕਰਕੇ ਤੇਰੇ ਕਰਕੇ ਬੜੇ ਬੜੇ ਜਿਹੜੇ ਪੀਰ ਸਨ ਇਸਲਾਮ ਦੇ ਵਿੱਚ, ਇਹ ਕੁਝ ਸ਼ਬਦ ਨੇ ਸਤਿਕਾਰ ਦੇ ਲਈ ਵਰਤੇ ਜਾਂਦੇ ਨੇ, ਜਿਵੇਂ ਗੁਰਮਤ ਦੇ ਵਿੱਚ ਗਿਆਨੀ ਸਿੰਘ, ਭਾਈ ਸਾਹਿਬ, ਗ੍ਰੰਥੀ ਸਿੰਘ, ਵੱਖ ਵੱਖ ਰੁਤਬੇ ਨੇ। ਤੋ ਇਸਲਾਮ ਦੇ ਵਿੱਚ ਇਹ ਸਤਿਕਾਰਯੋਗ ਸ਼ਬਦ ਨੇ, ਧਾਰਮਿਕ ਸ਼ਬਦ ਵਰਤੇ ਜਾਂਦੇ ਨੇ। ਪੀਰ ਆਗੂ ਨੂੰ ਕਹਿੰਦੇ ਨੇ ਅੱਗੇ ਚੱਲਣ ਵਾਲੇ ਨੂੰ, ਵੱਡੇ ਨੂੰ। ਫਿਰ ਪੈਗੰਬਰ ਕਹਿੰਦੇ ਨੇ ਜੋ ਖੁਦਾ ਦਾ ਪੈਗਾਮ ਲੈ ਕੇ ਆਵੇ, ਜੋ ਸੁਨੇਹਾ ਲੈ ਕੇ ਆਵੇ, ਜਿਵੇਂ ਪੈਗੰਬਰ ਮੁਹੰਮਦ ਸਾਹਿਬ ਹੋਏ ਨੇ। ਤੋ ਪੀਰ ਪੈਗੰਬਰ ਸਾਲਕ ਸਾਧਕ, ਸਾਲਕ ਕਹਿੰਦੇ ਨੇ ਜਿਹਦੇ ਕੋਲ ਗਿਆਨ ਹੋਵੇ, ਜਿਹਦੇ ਕੋਲ ਜੀਵਨ ਦੀ ਸੋਝੀ ਹੋਵੇ, ਸਮਝ ਹੋਵੇ, ਇੱਦਾਂ ਕਹਿ ਲਈਏ ਇਸਲਾਮ ਦਾ ਜਿਹੜਾ ਕਥਾਕਾਰ ਹੋਵੇ। ਔਰ ਸਾਧਕ ਕਹਿੰਦੇ ਨੇ ਸਿੱਧਕਵਾਨ ਨੂੰ, ਜਿਹਦੇ ਹਿਰਦੇ ਦੇ ਵਿੱਚ ਸਿੱਧਕ ਹੋਵੇ, ਭਰੋਸਾ ਹੋਵੇ। ਤੋ ਬੜੇ ਬੜੇ ਪੀਰ, ਸਾਲਕ, ਸਾਧਕ, ਪੈਗੰਬਰ, ਇਹ ਜਿਹੜੇ ਵੱਡੇ ਰੁਤਬਿਆਂ ਵਾਲੇ ਧਾਰਮਿਕ ਆਗੂ ਹਨ। ਛੋਡੀ ਦੁਨੀਆ ਥਾਏ ਪਏ ਇਹਨਾਂ ਨੇ ਵੀ ਇਹ ਮਾਲਕ, ਤੋ ਕਾਰਨ ਤੇਰੇ ਕਰਕੇ ਦੁਨੀਆਂ ਦੇ ਰਸਾਂ ਨੂੰ ਛੱਡਿਆ, ਤੇਰੇ ਕਰਕੇ ਪਰਿਵਾਰਾਂ ਨੂੰ ਛੱਡਿਆ, ਔਰ ਇਹਨਾਂ ਦਾ ਛੱਡਿਆ ਹੋਇਆ ਥਾਏ ਪਿਆ। ਬਹੁਤ ਸਾਰੇ ਤੇ ਉਹ ਮਨੁੱਖ ਨੇ ਜਿਨ੍ਹਾਂ ਨੇ ਛੱਡਿਆ ਤੇ ਬਹੁਤ ਕੁਝ, ਪਰ ਉਹ ਮਨ ਦੇ ਹੱਥੋਂ ਹਾਰ ਗਏ ਤੇ ਛੱਡਿਆ ਵੀ, ਪਰ ਉਹਨਾਂ ਨੂੰ ਮਿਲਿਆ ਵੀ ਕੁਝ ਨਾ। ਜਿਵੇਂ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਉਹਦੇ ਬਚਨ ਵੀ ਬੜੇ ਕਮਾਲ ਦੇ ਨੇ, ਕਹਿੰਦਾ ਹੈ ਹਮ ਦਮ ਕੇ ਲੀਏ ਹਮ ਦਮ ਸੇ ਗਏ, ਹਮ ਦਮ ਕੀ ਕਸਮ ਹਮ ਦਮ ਨਾ ਮਿਲੇ। ਕਹਿੰਦਾ ਹੈ ਇਹ ਪਰਮਾਤਮਾ ਤੇਰੇ ਕਰਕੇ ਮੈਂ ਆਪਣੀ ਜ਼ਿੰਦਗੀ ਲੇਖੇ ਦੇ ਵਿੱਚ ਲਾਈ, ਪਰ ਮਨ ਨੇ ਐਸਾ ਮੈਨੂੰ ਆਪਣੇ ਜਾਲ ਦੇ ਵਿੱਚ ਫਸਾਇਆ, ਤੇਰੇ ਤੱਕ ਮੈਂ ਪਹੁੰਚ ਹੀ ਨਹੀਂ ਸਕਿਆ। ਘਰ ਪਰਿਵਾਰ ਤੇ ਛੱਡਿਆ, ਰਿਸ਼ਤੇਦਾਰ ਤੇ ਛੱਡੇ, ਮਹਿਲ ਮਾੜੀਆਂ ਤੇ ਛੱਡੀਆਂ, ਪਰ ਮਨ ਦੇ ਵਿੱਚੋਂ ਵਿਸ਼ੇ ਵਿਕਾਰਾਂ ਨੂੰ ਨਹੀਂ ਛੱਡ ਸਕਿਆ। ਤੂੰ ਪੂਰਨ ਗੁਰੂ ਨਹੀਂ ਮਿਲਿਆ, ਤੋ ਵਿਸ਼ੇ ਵਿਕਾਰ ਉਸੇ ਤਰ੍ਹਾਂ ਦੇ ਨਾਲ ਮੋਹ ਮਾਇਆ ਹਿਰਦੇ 'ਚ ਰਹੇ, ਬਾਹਰ ਦੇ ਛੱਡਣ ਦੇ ਨਾਲ ਤੇਰੇ ਤੱਕ ਮੈਂ ਪਹੁੰਚ ਨਹੀਂ ਸਕਿਆ। ਪਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਨੇ ਦੁਨੀਆਂ ਛੱਡੀ ਔਰ ਥਾਏ ਪੈ, ਉਹ ਸਾਰੇ ਥਾਂ ਪੈ ਭਾਵ ਪ੍ਰਵਾਨ ਹੋਏ ਹਨ। ਸਾਧ ਸਹਿਜ ਸੁਖ ਰਸ ਕਸ ਤਜੀਅਲੇ। ਫਿਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਸਹਿਜ ਸੁਭਾਵਕ ਹੀ ਘਰ ਦੇ ਸੁਖ ਆਨੰਦ ਮਿਲ ਰਹੇ ਸਨ, ਪਰਿਵਾਰ ਸੀ, ਪਰ ਉਹਨਾਂ ਨੇ ਵੀ ਸਾਰੇ ਦੇ ਸਾਰੇ ਰਸ ਕਸ ਸਵਾਦ ਘਰ ਦੇ ਸੁੱਖਾਂ ਨੂੰ ਛੱਡਿਆ ਹੈ। ਕਾਪੜ ਛੋਡੇ ਚਮੜ ਲੀਏ ਜਿਨ੍ਹਾਂ ਦੇ ਕੋਲ ਬੜੇ ਬੜੇ ਸੁੰਦਰ ਤੇ ਕੀਮਤੀ ਕੱਪੜੇ ਸਨ, ਉਹਨਾਂ ਨੇ ਕੱਪੜਿਆਂ ਨੂੰ ਛੱਡ ਕੇ ਚਮੜ ਲੀਏ, ਆਪਣੇ ਸਰੀਰ ਦੇ ਉੱਪਰ ਜਾਨਵਰਾਂ ਦੀਆਂ ਖੱਲਾਂ ਨੂੰ ਧਾਰਨ ਕੀਤਾ, ਚਮੜੇ ਨੂੰ ਧਾਰਨ ਕੀਤਾ। ਇਹ ਸਾਰਾ ਕੁਝ ਐ ਵਾਹਿਗੁਰੂ ਤੋ ਕਾਰਨ ਤੇਰੇ ਕਰਕੇ। ਦੁਖੀਏ ਦਰਦ ਬੰਦ ਦਰ ਤੇਰਾ। ਫਿਰ ਬੜੇ ਬੜੇ ਦੁੱਖਾਂ ਨੂੰ ਚੱਲਣ ਵਾਲੇ, ਦੁਖੀਏ ਦਰਦ ਬੰਦ ਦਰ ਤੇਰੇ, ਬੜੇ ਦੁੱਖਾਂ ਨੂੰ ਚੱਲਣ ਵਾਲੇ, ਬੜੇ ਦਿਲਗੀਰ ਹੋ ਚੁੱਕੇ ਮਨੁੱਖ ਤੇਰੇ ਦਰ ਤੇ ਪਹੁੰਚੇ ਹਨ। ਨਾਮ ਰੱਤੇ ਦਰਵੇਸ਼ ਭਏ। ਜੋ ਵੀ ਤੇਰੇ ਨਾਮ ਦੇ ਵਿੱਚ ਰੰਗਿਆ ਗਿਆ ਐ ਮਾਲਕ, ਉਹ ਤੇਰੇ ਦਰ ਦਾ ਦਰਵੇਸ਼ ਹੋ ਗਿਆ। ਦਰਵੇਸ਼ ਦਾ ਅਖਰੀ ਅਰਥ ਹੁੰਦਾ ਹੈ ਦਰ ਤੇ ਲਟਕਿਆ ਹੋਇਆ। ਜਿਵੇਂ ਆਮ ਮੰਦਰਾਂ ਦੇ ਵਿੱਚ ਆਪਨੇ ਦੇਖਿਆ ਹੋਵੇਗਾ, ਘੜਿਆਲ ਲਟਕਿਆ ਹੁੰਦਾ ਹੈ ਮੰਦਰਾਂ ਦੇ ਵਿੱਚ। ਤੋ ਜੋ ਦਰ ਤੇ ਲਟਕਿਆ ਹੋਵੇ, ਪਰਮਾਤਮਾ ਦੇ ਦਰ ਤੇ ਪਹੁੰਚਿਆ ਹੋਵੇ, ਲਟਕਿਆ ਹੋਵੇ, ਅਜੇ ਅੰਦਰ ਪ੍ਰਵੇਸ਼ ਨਹੀਂ ਪਰ ਦਰ ਤੇ ਪਹੁੰਚ ਗਿਆ ਹੈ, ਉਹਨੂੰ ਕਹਿੰਦੇ ਨੇ ਦਰਵੇਸ਼। ਜੋ ਪਰਮਾਤਮਾ ਦੇ ਦਰ ਤੇ ਪ੍ਰਵੇਸ਼ ਕਰ ਗਿਆ, ਅਜੇ ਘਰ ਦੇ ਵਿੱਚ ਨਹੀਂ। ਗੁਰਬਾਣੀ ਦੇ ਵਿੱਚ ਦੋ ਸ਼ਬਦ ਨੇ, ਦਰ ਔਰ ਘਰ। ਸੋ ਦਰ ਕਿਹਾ ਸੋ ਘਰ ਕਿਹਾ। ਦਰ ਵੱਖਰਾ ਹੈ, ਘਰ ਵੱਖਰਾ ਹੈ, ਜਿਵੇਂ ਦਰਵਾਜ਼ਾ ਵੱਖਰਾ ਹੈ ਤੇ ਘਰ ਵੱਖਰਾ ਹੈ। ਦਰਵੇਸ਼ ਦਾ ਮਤਲਬ ਜਿਹੜਾ ਦਰਵਾਜ਼ੇ ਤੇ ਪ੍ਰਵੇਸ਼ ਕਰ ਗਿਆ ਪਰ ਅਜੇ ਪਰਮਾਤਮਾ ਤੱਕ ਨਹੀਂ ਪਹੁੰਚਿਆ।
तू सतगुरु कृपा करदे ने तेरे नाम दे विच रंगियां हुईयां बहुत सारियां आत्मावां घर परिवार नूं छड के सुखां नूं छड के ओ तेरे रंग दे विच रंगे होए दरवेश हो गए तेरे दर तक पहुंच गए हन खलड़ी खपरी लकड़ी चमड़ी फिर बहुत सारे मनुख ओ सन जिन्हां ने खलड़ी अपने तन दे उपर खलड़ी नूं धारण कीता जानवरां दे खल नूं खलड़ी खपरी फिर बहुत सारे ऐसे जिन्हां ने हाथ दे विच लकड़ दा जिवें प्रशादा छकन दे लई साडे कोल बर्तन है तू लकड़ दा ठूठा उन्हां ने हाथ दे विच रखिया खप्पर हाथ दे विच रखिया फिर कई इस तरह दे साधु होए जिन्हां ने अपने हाथ दे विच डंडा रखिया सोटा रखिया तू खलरी खपरी लकड़ी चमड़ी कईयां ने अपने तन दे उपर चमड़ी नूं धारण कीता जिन्हों मृगशाला भी कहिंदे ने हिरन दे खल नूं अपने शरीर ते धारण कीता बाकी दे वस्त्रां दा त्याग कीता इस तरह दे साधु होए हन सिखा सूत धोती कीनी फिर ए वी धार्मिक चिन्ह ने सिखा कहिंदे ने बोधी दे ताई ए हिंदू मत दे विच रख्या जांदा है बाकी सारे केस जेड़े ने सिर दे ओ कटा देने ते एक बोधी रखनी ओनू सिखा कहिंदे ने ज्यादातर ब्राह्मण लोक रखदे सन और चाणकीय पंडित सी जेड़ा जिन्हें बाद दे विच ग्रंथ लिखिया जिहदा नाम है चाणक नीति ओदी सिखा दी ते बड़ी गलबात है तू ओ भी सिखा रखदा सी बहुत सारे पंडित लोग ए बोधी सिखा रखदे सन सिखा सूत फिर गल दे विच सूत जनेऊ पा के रखना ए भी हिंदू मत दा चिन्ह जिहदी खातर गुरु तेग बहादुर महाराज जी ने शहादत दित्ती तिलक जन्यू राखा प्रभता का तू सिखा सूत धोती कीनी कईयां ने अपने तन दे उपर बस तोती ही धारण कीती एही एक कपड़ा धारण कीता तू साहेब हों सांगी तेरा आखरी बचना दे विच सतगुरु महाराज कृपा करदे ने इह सारे तेरे दर ते तेरे दर्शना दे वास्ते वख वख तरां दे नाल मुसीबतां चलदे तेरे तक पहुंचे ने उन्हां ने वख वख तरां दी साधना कीती सतगुरु कृपा करदे ने तू मेरा मालक है और मैं तेरा सांगी हां सांगी दा मतलब आम तौर ते हुंदा है सांग लाउण वाला नकल करन वाला पर इत्थे नकल करन वाला अर्थ नहीं भाई साहिब भाई वीर सिंह जी ने कहा है उन्हां ने लिखिया है वो कहंदे ने सांगी दा अर्थ इत्थे नकल करन वाला नहीं ये नहीं कि परमात्मा दी मैं नकल करदा पर परमात्मा दी वडियाई करन वाला हां मैं तेरा सांगी पर ऐसा सांगी जेड़ा तेरी वडियाई करदा तेरी सिफतो सलाह करदा तेरा कीर्तन तेरी शोभा करदा और तू मेरे सिर दा मालक है प्रणवै नानक जात कैसी सतगुरु आखरी बचना विच फिर कृपा करदे ने प्रणवै नानक जात कैसी महाराज कहंदे ने तू मालक है ते मैं तेरा गोला हां सेवादार हां ते सेवक दी कादी जात हुंदी पाव मेरी कोई जात नहीं जात पात दे विच्चों सतगुरां ने सिख नूं भी कढ़िया है सिख दी भी कोई जात नहीं हुंदी और गुरु की भी कोई जात नहीं जे गुरु की जात नहीं तो सिख की किवें हो सकती है क्योंकि कलगीधर पिता महाराज जी ने सानू खालसे नू अपना पुत्र का खिताब दिता है तो जदों पिता की ही जात नहीं तो फिर पुत्र की किवें हो सकती है तो महाराज कहिंदे ने मेरी कोई जात नहीं और जात सिख की भी नहीं हुंदी पर मैं तेरे गुणा नू गायन करन वाला तेरा सेवादार हां तेरा ढाडी हां और तू मेरा मालक है जाओ पई जब ये श्री गुरु शब्द बखाना जदों सतगुरु महाराज ने ए पावन शब्द आसा राग दे विच गायन कीता चौथे सुरताल दे विच सुन होत भयो मरदाना भाई मरदाना जी जिन्हां ने बेनती कीती सी महाराज बड़ा भयानक जंगल है इस शब्द नू सुन के भाई मरदाना जी चुप कर गए ने हुण इत्थे दा बेनती करे दास सतगुरां ने बस ए शब्द उचारण कीता है ते बड़े गहन अर्थां वाला ए शब्द है केवल अखरी अर्थां दे नाल गल समझ दे विच आउंदी नहीं पर भाई मरदाना जी कितनी समझ रखदे होणगे सतगुरां ने इत्थे अर्थ नहीं कीते भाई साहिब जी ने ए नहीं दस्या कि महाराज ने अर्थ करके भाई मरदाना जी नूं सुनाया केवल शब्द गायन कीता तो शब्द नू सुनन दे नाल ही भाई मरदाना जी दे सारे मन दे शंके दूर हो गए तो जे सतगुरु महाराज इलाही बाणी उचारण करदे ने ते भाई मरदाना जी भी वो कितनी समझ सोझी रखदे होणगे
ਜਿਹੜਾ ਸਤਿਗੁਰਾਂ ਦਾ ਸ਼ਬਦ ਸੁਣ ਕੇ ਆਪਣੇ ਮਨ ਦੇ ਸਵਾਲਾਂ ਨੂੰ ਖਤਮ ਕਰਾ ਲੈਂਦੇ ਹਨ। ਨਿਕਸ ਉਜਾਰ ਵਹਿਰ ਜਬ ਗਏ, ਜਦੋਂ ਚੱਲਦਿਆਂ ਹੋਇਆਂ ਉਹ ਭਿਆਨਕ ਜੰਗਲ ਦੇ ਵਿੱਚੋਂ ਸਤਿਗੁਰੂ ਮਹਾਰਾਜ ਅੱਗੇ ਲੰਘ ਗਏ ਹਨ। ਗ੍ਰਾਮ ਏਕ ਤਵ ਦੇਖਤ ਪਏ, ਥੋੜੀ ਦੂਰੀ ਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਨਗਰ ਦੇਖਿਆ ਹੈ। ਸਭ ਵੰਚਕ ਕੇ ਘਰ ਤੈ ਮਾਹੀ, ਇਹ ਨਗਰ ਕਾਹਦਾ ਹੈ ਕਿ ਨਗਰ ਨਹੀਂ, ਇੱਥੇ ਠੱਗੀ ਦਾ ਥਾਂ ਹੈ। ਇੱਥੋਂ ਦੇ ਜਿਤਨੇ ਲੋਕ ਨੇ ਨਗਰ ਦੇ ਜੋ ਸਾਹਮਣੇ ਦਿਖਾਈ ਦਿੱਤਾ ਸਤਿਗੁਰਾਂ ਨੂੰ, ਉੱਥੇ ਸਾਰੇ ਦੇ ਸਾਰੇ ਠੱਗਾਂ ਦੇ ਹੀ ਘਰ ਹਨ, ਠੱਗ ਰਹਿੰਦੇ ਹਨ। ਮਾਰੇ ਨਰ ਤਨ ਲੇਵੈ ਤਾਹੀ, ਉਹਨਾਂ ਦਾ ਬਸ ਇੱਕੋ ਹੀ ਕੰਮ ਹੈ ਕਿ ਜਦੋਂ ਕੋਈ ਉਹਨਾਂ ਦੇ ਨਗਰ ਦੇ ਨੇੜਿਓਂ ਦੀ ਲੰਘਿਆ ਜਾਂ ਨਗਰ ਦੇ ਵਿੱਚ ਆਇਆ, ਉਹਨੂੰ ਮਾਰ ਕੇ ਤੇ ਉਹਦਾ ਧਨ ਦੌਲਤ ਜੋ ਹੋ ਸਕਿਆ ਖੋ ਲੈਣਾ ਹੈ। ਤਿਨ ਕੋ ਸਮਤ ਦੇਣ ਕੇ ਹਿੱਤਾ, ਐਸੇ ਮਾੜੇ ਕਰਮਾਂ ਦੇ ਵਿੱਚ ਫਸੇ ਹੋਏ ਮਨੁੱਖਾਂ ਨੂੰ ਸਹੀ ਰਸਤੇ ਤੇ ਤੋਰਨ ਦੇ ਲਈ, ਉਹਨਾਂ ਨੂੰ ਅਕਲ ਦੇਣ ਦੇ ਵਾਸਤੇ। ਪਰ ਵਿਸੇ ਗ੍ਰਮ ਹੈ ਕਿਰਪਾ ਕਨੇਤਾ, ਕਿਰਪਾ ਦੇ ਘਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਨਗਰ ਦੇ ਵਿੱਚ ਪ੍ਰਵੇਸ਼ ਕੀਤੇ ਹਨ। ਜਗਤੇਸ਼ਵਰ ਇੱਕ ਖੇਲ ਮਚਾਇਆ, ਜਗਤ ਦੇ ਮਾਲਕ ਸਤਿਗੁਰੂ ਮਹਾਰਾਜ ਨੇ ਨਗਰ ਦੇ ਵਿੱਚ ਜਾਣ ਤੋਂ ਪਹਿਲਾਂ ਭਾਈ ਸਾਹਿਬ ਕਹਿੰਦੇ ਨੇ ਇੱਕ ਖੇਡ ਰਚਾਈ ਹੈ। ਪੰਚਕ ਕੁਮਤ ਹਰਨ ਹਿਤ ਠਾਵਾ, ਇਹ ਜਿਹੜੀ ਖੇਡ ਹੈ, ਸਤਿਗੁਰਾਂ ਨੇ ਉਹ ਠੱਗਾਂ ਦੀ ਜਿਹੜੀ ਖੋਟੀ ਮਤ ਸੀ ਉਹਨੂੰ ਦੂਰ ਕਰਨ ਦੇ ਵਾਸਤੇ ਵਰਤੀ ਹੈ। ਖੋੜਸ ਬਰਸ ਬੈਸ ਮੈਂ ਕਰਦੀ, ਭਾਈ ਬਾਲਾ ਜੀ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਨੇ ਮੇਰਾ ਲਿਬਾਸ ਬਦਲ ਕੇ ਇਸ ਤਰ੍ਹਾਂ ਦਾ ਕਰ ਦਿੱਤਾ ਜਿਵੇਂ ਕੋਈ 16 ਸਾਲ ਦਾ ਹੋਵੇ। ਬਹੁਤ ਸੁੰਦਰ ਭੂਖਨ ਪਟ ਜਰਦੀ, ਔਰ ਮੇਰੇ ਤਨ ਦੇ ਉੱਪਰ ਪਹਿਨਣ ਦੇ ਲਈ ਸਤਿਗੁਰਾਂ ਨੇ, ਭਾਈ ਬਾਲਾ ਜੀ ਕਹਿੰਦੇ ਨੇ, ਬਹੁਤ ਕੀਮਤੀ ਜਿਹੜੇ ਕੱਪੜੇ ਸਨ ਉਹ ਮੈਨੂੰ ਪਹਿਨਾ ਦਿੱਤੇ ਹਨ। ਜਾਂ ਬੂਨਦ ਕਟ ਨਿਜ ਸੋ ਕਰ, ਔਰ ਸਤਿਗੁਰੂ ਮਹਾਰਾਜ ਜੀ ਦੀ ਮੌਜ, ਸਤਿਗੁਰਾਂ ਨੇ ਹੁਣ ਠੱਗ ਨੂੰ ਜਿਵੇਂ ਪੰਛੀਆਂ ਨੂੰ ਫੜਨਾ ਹੋਵੇ ਤੇ ਚੋਗਾ ਤੇ ਪਾਉਣਾ ਹੀ ਪੈਂਦਾ, ਤੂੰ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਕੀਮਤੀ ਕੱਪੜਿਆਂ ਨੂੰ ਆਪਣੇ ਤਨ ਤੇ ਔਰ ਨਾਲ ਭਾਈ ਬਾਲਾ ਮਰਦਾਨਾ ਜੀ ਉਹਨਾਂ ਦੇ ਤਨ ਤੇ ਧਾਰਨ ਕਰਾਏ, ਔਰ ਸਤਿਗੁਰੂ ਮਹਾਰਾਜ ਜੀ ਨੇ ਕੁਝ ਜਿਹੜੇ ਸੋਨੇ ਦੇ ਕੰਗਣ ਸਨ ਉਹ ਪਾ ਲਏ ਹਨ। ਔਸਤ ਸੇਤ ਬਣਾਏ, ਵੈਸੇ ਗੁਰਮਤ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਹੈ ਨਹੀਂ, ਪਰ ਹੁਣ ਸਤਿਗੁਰੂ ਮਹਾਰਾਜ ਜੀ ਨੇ ਸਿਰਫ ਇਹਨਾਂ ਠੱਗਾਂ ਨੂੰ, ਇਹਨਾਂ ਨੂੰ ਸਮਝਾਉਣ ਦੇ ਵਾਸਤੇ, ਇਹਨਾਂ ਨੂੰ ਸਿੱਖਿਆ ਦੇਣ ਦੇ ਵਾਸਤੇ ਇਹ ਕੌਤਕ ਵਰਤਾਇਆ ਹੈ। ਔਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਪਰ ਚਿੱਟੀ ਪੌਸ਼ਾਕ ਧਾਰਨ ਕੀਤੀ ਹੈ। ਮਰਦਾਨਾ ਨਿਜ ਡੂਮ ਹੈ, ਔਰ ਜਿਹੜਾ ਭਾਈ ਮਰਦਾਨਾ ਜੀ ਹਨ ਉਹਨਾਂ ਨੂੰ ਨਾਲ ਆਪਣਾ ਸੇਵਾਦਾਰ ਡੂਮ ਬਣਾਇਆ ਹੈ। ਜਨਮ ਕਲਾਵਨ ਜਾਏ, ਇਹ ਤਿੰਨੇ ਸਤਿਗੁਰੂ ਮਹਾਰਾਜ ਔਰ ਭਾਈ ਬਾਲਾ ਮਰਦਾਨਾ ਜੀ ਚੱਲਦੇ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਕਿਸੇ ਦਾ ਮੁਕਲਾਵਾ ਜਾਂਦਾ ਹੋਵੇ। ਚਾਹ ਪਈ ਸੋ ਬੰਚ ਕੇ ਸਦਨ ਮਝਾਰੀ, ਸਤਿਗੁਰੂ ਮਹਾਰਾਜ ਜੀ ਚੱਲਦਿਆਂ ਹੋਇਆਂ ਇੱਕ ਠੱਗ ਦੇ ਦਰਵਾਜ਼ੇ ਦੇ ਨੇੜੇ ਚਲੇ ਗਏ ਹਨ। ਬੈਠੇ ਜਾਏ ਮਾਂ ਅਗਹਾਰੀ, ਔਰ ਸਤਿਗੁਰੂ ਮਹਾਰਾਜ ਉਹ ਨੇ ਜਿਹੜੇ ਅਗਲੇ ਦੇ ਗੁਨਾਹਾਂ ਨੂੰ ਪਾਪਾਂ ਨੂੰ ਨਾਸ ਕਰਨ ਵਾਲੇ ਨੇ। ਐਸੇ ਦਾਤਾ ਗੁਰੂ ਜੀ ਕਿਰਪਾ ਦੇ ਕਰ ਉਸ ਠੱਗ ਦੇ ਜਦੋਂ ਘਰ ਦੇ ਨੇੜੇ ਗਏ ਹਨ। ਇੱਕ ਬੰਚਕ ਬਹੁ ਉਰ ਹਰ ਖਾਨਾ, ਇੱਕ ਉਥੋਂ ਦਾ ਜਿਹੜਾ ਨਗਰ ਵਾਸੀ ਸੀ ਜੋ ਠੱਗ ਸੀ, ਉਹ ਸਤਿਗੁਰਾਂ ਦੇ ਲਿਬਾਸ ਨੂੰ ਮਹਾਰਾਜ ਜੀ ਦੇ ਵੱਲ ਦੇਖ ਕੇ ਕਿ ਕੋਈ ਮੁਕਲਾਵੇ ਵਾਲਾ ਜਾ ਰਿਹਾ ਹੈ, ਇਹ ਦੇਖ ਕੇ ਸਾਰਾ ਕੁਝ ਬੜਾ ਖੁਸ਼ ਹੋਇਆ ਹੈ। ਨੀਕੀ ਰੀਤ ਕੀਨ ਸਨਮਾਨਾ, ਔਰ ਬੜੇ ਸਤਿਕਾਰ ਦੇ ਨਾਲ ਉਹਨੇ ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰ ਕੀਤਾ ਹੈ। ਇਹ ਉਹੀ ਹਨ ਜਿਵੇਂ ਸੱਜਣ ਠੱਗ ਕਰਦਾ ਸੀ, ਸਤਿਕਾਰ ਸਨਮਾਨ ਤੇ ਸੱਜਣ ਠੱਗ ਵੀ ਬਹੁਤ ਕਰਦਾ ਸੀ, ਔਰ ਇਹ ਠੱਗ ਵੀ ਇਸੇ ਤਰ੍ਹਾਂ ਦੇ ਨਾਲ ਸਤਿਗੁਰਾਂ ਦੀ ਆਓ ਭਗਤ ਕਰਦੇ ਹਨ। ਆਵੋ ਜੀ ਕਰੀਏ ਘਰ ਡੇਰਾ, ਬੜੇ ਸਤਿਕਾਰ ਦੇ ਨਾਲ ਕਹਿਣ ਲੱਗਾ, ਆਓ ਜੀ ਇਹ ਮੇਰਾ ਘਰ ਹੈ। ਮੇਰਾ ਕਾਹਦਾ, ਇਹ ਤੇ ਤੁਹਾਡਾ ਆਪਣਾ ਹੀ ਘਰ ਹੈ, ਇੱਥੇ ਤੁਸੀਂ ਡੇਰਾ ਕਰੋ। ਆਸ਼ੀ ਵਿਦ ਸ਼ਰਮ ਹਰੋਸ ਤੇਰਾ, ਮਨ ਦੇ ਵਿੱਚ ਹੋਰ ਹੀ ਖਿਆਲ ਰੱਖ ਕੇ ਤੇ ਬੜੇ ਕਟਾਸ਼ ਦੇ ਨਾਲ ਕਹਿੰਦਾ ਹੈ, ਤੁਸੀਂ ਬੈਠੋ, ਮੈਂ ਤੁਹਾਡੀ ਚੰਗੀ ਤਰ੍ਹਾਂ ਦੇ ਨਾਲ ਹੁਣ ਸੇਵਾ ਕਰਾਂਗਾ, ਤੁਹਾਡੀ ਥਕਾਵਟ ਚੰਗੀ ਤਰ੍ਹਾਂ ਦੇ ਨਾਲ ਦੂਰ ਕਰਾਂਗਾ। ਜੋ ਕੁਛ ਕਹੋ ਸੋ ਸੇਵਾ ਕਰੇ ਹੋ, ਔਰ ਇੱਥੋਂ ਤੱਕ ਠੱਗ ਕਹਿ ਰਿਹਾ ਹੈ ਕਿ ਜੋ ਕੁਝ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਦੇ ਨਾਲ ਸੇਵਾ ਕਰਾਂਗਾ। ਪਾਉ ਚਾਪ ਸ਼ਰਮ ਮੰਗਾ ਹਰਿਓ, ਮੈਂ ਤੇ ਆਪ ਜੀ ਦੀ ਮੁੱਠੀ ਚਾਪੀ ਕਰਾਂਗਾ, ਲੱਤਾਂ ਘੁੱਟ ਕੇ ਆਪ ਜੀ ਦੀ ਸਾਰੀ ਥਕਾਵਟ ਦੂਰ ਕਰ ਦੇਵਾਂਗਾ। ਸਵਈਆ ਤਾਂ ਕਿ ਨਿਕੇਤ ਰਹੇ ਪ੍ਰਭ ਜੀ ਮਿਲ, ਸਤਿਗੁਰੂ ਮਹਾਰਾਜ ਜੀ ਉਸ ਠੱਗ ਦੇ ਘਰ ਦੇ ਵਿੱਚ ਜਿਹਨੇ ਇਤਨਾ ਸਤਿਕਾਰ ਕੀਤਾ ਸੀ, ਜਾਣਦੇ ਤੇ ਸਤਿਗੁਰੂ ਮਹਾਰਾਜ ਸਭ ਕੁਝ ਨੇ, ਅੰਤਰਜਾਮੀ ਨੇ ਮਹਾਰਾਜ, ਪਰ ਫਿਰ ਵੀ ਉਸ ਦੇ ਘਰ ਦੇ ਵਿੱਚ ਰਹੇ ਹਨ। ਬੰਚਕਾਵਤ ਪੇ ਸਮੁਦਾਈ, ਜਿਹਦੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਬਿਰਾਜਮਾਨ ਹਨ, ਜਿਹੜੇ ਬਾਕੀ ਦੇ ਨਗਰ ਵਾਸੀ ਸਨ ਉਹਨਾਂ ਨੂੰ ਪਤਾ ਚੱਲਿਆ ਕਿ ਕੋਈ ਗਾਹਕ ਆਇਆ ਹੈ,
ਕੋਈ ਸ਼ਿਕਾਰ ਆਇਆ ਏ ਤੇ ਉਹ ਸਾਰੇ ਦੇ ਸਾਰੇ ਇਸ ਠੱਗ ਦੇ ਘਰ ਪਹੁੰਚੇ ਹਨ। ਧਾਮ ਹੋ ਤੋ ਜੈ ਕੋ ਤਬ ਹੀ ਜਿਹਦਾ ਉਹ ਘਰ ਸੀ, ਜਿਹੜਾ ਉਸ ਘਰ ਦਾ ਮਾਲਕ ਠੱਗ ਸੀ। ਸਭ ਹੀ ਬਟਪਾਰ ਸਰੀਨ ਬੁਲਾਈ, ਉਹਨੇ ਆਪਣੇ ਨਾਲ ਦੇ ਜਿਤਨੇ ਰਾਹ ਮਾਰ ਸਨ, ਜਿਤਨੇ ਤਾੜਵੀ ਸਨ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਹੈ। ਜੋਤ ਲਿਲਾਰ ਬੜੀ ਏਕ ਏ ਧਨ, ਉਹ ਜਿਹੜੇ ਨੇੜੇ ਦੇ ਨਗਰ ਵਾਸੀ ਨੇ, ਬਾਕੀ ਦੇ ਸਾਥੀ ਨੇ, ਉਹ ਦੇਖ ਕੇ ਕਹਿੰਦੇ ਨੇ ਕਿ ਇਹ ਜੋ ਰਾਹੀ ਆਇਆ ਹੈ, ਇਹਦੇ ਮੱਥੇ ਦੇ ਉੱਪਰ ਬੜੀ ਕ੍ਰਾਂਤੀ ਹੈ, ਇਹਦਾ ਮੱਥਾ ਬਹੁਤ ਚਮਕਦਾ ਹੈ। ਹੈ ਬਹੁ ਪਾਸ ਲਿਓ ਕਹਿ ਥਾਈ, ਲੱਗਦਾ ਹੈ ਇਸ ਤਰ੍ਹਾਂ ਦੇ ਨਾਲ ਕਿ ਇਹਦੇ ਕੋਲ ਬਹੁਤ ਧਨ ਹੋਵੇਗਾ, ਇਹਦਾ ਮੱਥਾ ਚਮਕਦਾ ਹੈ। ਲਿਓ ਸਭੈ ਨਾ ਦੁਰਾਭੋ ਸੋ ਹਮ, ਔਰ ਇਥੋਂ ਤੱਕ ਉਹਨਾਂ ਨੇ ਕਿਹਾ ਆਪਣੇ ਨਾਲ ਦੇ ਸਾਥੀ ਨੂੰ, ਜਿਹਦੇ ਘਰ ਦੇ ਵਿੱਚ ਸਤਿਗੁਰੂ ਰੁਕੇ ਸਨ। ਨਾਲ ਦੇ ਉਹਦੇ ਸਾਥੀ ਕਹਿੰਦੇ ਨੇ, ਇਹਦੇ ਕੋਲੋਂ ਸਾਰਾ ਕੁਝ ਜੋ ਕੁਝ ਵੀ ਤੂੰ ਹੋ ਸਕੇ ਖੋ ਲਈ, ਪਰ ਇਤਨੀ ਗੱਲ ਦਾ ਧਿਆਨ ਰੱਖੀ ਕਿ ਇਕੱਲੇ ਨੂੰ ਅਸੀਂ ਖਾਣ ਨਹੀਂ ਦੇਣਾ, ਇਹ ਤੂੰ ਲੈ ਜ਼ਰੂਰ ਲਵੀਂ, ਪਰ ਛੁਪਾ ਕੇ ਨਾ ਰੱਖੀਂ, ਅਸੀਂ ਸਾਰੇ ਆਪਸ ਦੇ ਵਿੱਚ ਵੰਡਾਂਗੇ। ਹੋਰ ਭਈ ਤਨ ਲੇ ਬਟਾਈ, ਤੂੰ ਰਾਤ ਦੇ ਸਮੇਂ ਆਪਣਾ ਦਾ ਲਾ ਲਈ, ਜੋ ਕੁਝ ਤੇਰੇ ਕੋਲ ਹੋਵੇਗਾ ਜਦੋਂ ਸਵੇਰ ਹੋਵੇਗੀ ਆਪਾਂ ਸਾਰੇ ਰਲ ਮਿਲ ਕੇ ਵੰਡ ਲਵਾਂਗੇ। ਜੋ ਕਹਿ ਜਾਤ ਭਏ ਆਪਣੇ ਘਰ, ਇਸ ਤਰ੍ਹਾਂ ਦੇ ਨਾਲ ਉਹਨੂੰ ਸਮਝਾ ਕੇ ਕਿ ਤੂੰ ਰਾਤ ਨੂੰ ਆਪਣਾ ਕੰਮ ਕਰੀ ਤੇ ਸਵੇਰੇ ਆਪਾਂ ਵੰਡ ਲਵਾਂਗੇ ਜੋ ਮਿਲਿਆ ਹੋਵੇਗਾ। ਇਹ ਗੱਲ ਕਹਿ ਕੇ ਬਾਕੀ ਦੇ ਸਾਰੇ ਜਿਹੜੇ ਠੱਗ ਸਨ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਨੇ। ਬਾਸੁਰ ਤੇਰਜ ਨਹੀਂ ਹੋਏ ਆਈ, ਭਾਈ ਸਾਹਿਬ ਜੀ ਕਹਿੰਦੇ ਨੇ ਦਿਨ ਬਤੀਤ ਹੋਇਆ, ਸੂਰਜ ਛਿਪਿਆ ਔਰ ਰਾਤ ਆ ਗਈ ਹੈ। ਖਾਏ ਆਹਾਰ ਕੋ ਸੋਏ ਰਹੇ ਸਭ, ਸਤਿਗੁਰੂ ਮਹਾਰਾਜ ਜੀ ਦੀ ਵੀ ਉਹਨੇ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕੀਤੀ, ਬਾਕੀ ਦੇ ਵੀ ਸਾਰੇ ਪ੍ਰਸ਼ਾਦਾ ਪਾਣੀ ਛੱਕ ਕੇ ਸੌਂ ਗਏ, ਆਰਾਮ ਕਰਦੇ ਹਨ। ਕਾਹੂ ਨਾ ਜਾਗਣ ਕੀ ਸੁਧ ਪਾਈ, ਪਰ ਜਦੋਂ ਦਿਨ ਹੋਇਆ ਸੂਰਜ ਚੜ ਪਿਆ ਹੈ, ਲੇਕਿਨ ਅਜੇ ਤੱਕ ਕਿਸੇ ਨੂੰ ਖਬਰ ਨਹੀਂ ਆਈ, ਕਿਸੇ ਨੂੰ ਜਾਗ ਨਹੀਂ ਆਈ। ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ, ਭਾਈ ਸਾਹਿਬ ਜੀ ਕਹਿੰਦੇ ਨੇ ਮੰਨ ਲਓ ਕਿ ਸਤਿਗੁਰੂ ਮਹਾਰਾਜ ਜੀ ਦੀ ਪ੍ਰੇਰਣਾ ਐਸੀ ਹੋਈ ਨੀਂਦ ਨੇ ਕਿ ਸਾਰੇ ਦੇ ਸਾਰੇ ਨੀਂਦ ਦੇ ਵਸ ਹੋਏ ਨੇ, ਕਿਸੇ ਦੀ ਜਾਗ ਨਹੀਂ ਖੁੱਲੀ। ਸੈਨ ਕਰੇ ਸਭ ਰਹਿਣ ਬਿਤਾਈ, ਸਾਰੀ ਦੀ ਸਾਰੀ ਰਾਤ ਨਗਰ ਵਾਸੀਆਂ ਨੇ ਸੌਂ ਕੇ ਬਤੀਤ ਕੀਤੀ ਤੇ ਅਜੇ ਤੱਕ ਸੁੱਤੇ ਹਨ, ਦਿਨ ਚੜ ਗਿਆ ਹੈ। ਹੋਰ ਭਈ ਜਬ ਜਾਗਿਓ ਨਾ ਕੋ, ਜਦੋਂ ਅੰਮ੍ਰਿਤ ਵੇਲਾ ਹੋ ਗਿਆ ਇਥੋਂ ਤੱਕ ਕਿ ਸੂਰਜ ਵੀ ਚੜ ਆਇਆ ਤੇ ਕੋਈ ਜਾਗਿਆ ਹੋਇਆ ਸਤਿਗੁਰਾਂ ਨੂੰ ਨਾ ਦਿਖਾਈ ਦਿੱਤਾ। ਸਭ ਐਸੇ ਪਰੇ ਜਮ ਹੈ ਮੁਰਛਾਈ, ਸਾਰੇ ਦੇ ਸਾਰੇ ਭਾਈ ਸਾਹਿਬ ਕਹਿੰਦੇ ਨੇ ਦਿਨ ਤੱਕ ਇਸ ਤਰ੍ਹਾਂ ਦੇ ਨਾਲ ਪੈ ਰਹੇ ਨੇ ਜਿਵੇਂ ਸਾਰੇ ਦੇ ਸਾਰੇ ਮੂਰਛਿਤ ਹੋਏ ਹੋਣ, ਬੇਹੋਸ਼ ਹੋਏ ਹੋਣ। ਸੂਰ ਚੜੇ ਗਮਨੇ ਗੁਰੂ ਨਾਨਕ, ਜਦੋਂ ਸਤਿਗੁਰੂ ਮਹਾਰਾਜ ਨੇ ਦੇਖਿਆ ਕਿ ਸੂਰਜ ਚੜ ਗਿਆ ਹੈ ਔਰ ਰਸਤਾ ਸਾਫ਼ ਦਿਖਾਈ ਦਿੰਦਾ ਏ ਤੇ ਮਹਾਰਾਜ ਆਪਣੇ ਰਸਤੇ ਤੇ ਚੱਲ ਪਏ ਹਨ। ਸੋਵਤ ਸ਼ੋਰ ਚਲੇ ਤੈ ਥਾਈ, ਉਹ ਜਿਹੜੇ ਮਗਰ ਨਗਰ ਵਾਸੀ ਨੇ, ਘਰ ਵਾਲਾ ਜਿਹੜਾ ਮਾਲਕ ਸੀ, ਉਹ ਸਾਰੇ ਸੁੱਤੇ ਹੋਏ, ਸਤਿਗੁਰੂ ਉਹਨਾਂ ਨੂੰ ਛੱਡ ਕੇ ਚੱਲ ਪਏ ਨੇ। ਜਾਗਤ ਪੇ ਪਸ਼ਚਾਤ ਸਵੈ ਮਿਲ, ਜਦੋਂ ਸਤਿਗੁਰੂ ਮਹਾਰਾਜ ਸਵੇਰ ਹੋਈ ਸੂਰਜ ਚੜਿਆ ਤੇ ਚਲੇ ਗਏ, ਉਹ ਜਿਹੜੇ ਮਗਰ ਵਾਲੇ ਨਗਰ ਨਿਵਾਸੀ ਸਨ ਉਹ ਸਾਰੇ ਦੇ ਬਾਅਦ ਦੇ ਵਿੱਚ ਜਾਗੇ ਹਨ। ਵੰਚਕ ਹੋਏ ਭਏ ਇੱਕ ਥਾਈ, ਉਹ ਸਾਰੇ ਦੇ ਸਾਰੇ ਜਦੋਂ ਬਾਅਦ ਦੇ ਵਿੱਚ ਦਿਨ ਦੇ ਸਮੇਂ ਜਾਗੇ, ਉਹਨਾਂ ਨੂੰ ਜਾਗ ਆਈ, ਉਹ ਸਾਰੇ ਇੱਕ ਥਾਂ ਤੇ ਇਕੱਠੇ ਹੋਏ ਨੇ। ਦਿਓ ਦਿਖਾਈ ਲਿਓ ਧਨ ਜੋ ਬਹੁ, ਸਾਰੇ ਨਗਰ ਵਾਸੀ ਇਕੱਠੇ ਹੋ ਕੇ ਉਸ ਠੱਗ ਦੇ ਘਰ ਦੇ ਵਿੱਚ ਗਏ ਜਿੱਥੇ ਮਹਾਰਾਜ ਬੈਠੇ ਸਨ, ਬਿਰਾਜਮਾਨ ਸਨ, ਉਹਦੇ ਕੋਲ ਗਏ ਤੇ ਕਹਿਣ ਲੱਗੇ, ਭਾਈ ਲਿਆ ਆਪਾਂ ਆਪਸ ਦੇ ਵਿੱਚ ਵੰਡ ਲਈਏ, ਵਰਤਾ ਲਈਏ, ਤੂੰ ਜੋ ਕੁਝ ਵੀ ਉਸ ਰਾਹੀ ਦੇ ਕੋਲੋਂ ਲਿਆ ਹੈ। ਜਾਚਤ ਹੈ ਤੁਮਰੇ ਢਿੱਗ ਭਾਈ, ਅਸੀਂ ਸਾਰੇ ਦੇ ਸਾਰੇ ਨਗਰ ਵਾਸੀ ਆ ਕੇ ਤੇਰੇ ਕੋਲੋਂ ਮੰਗ ਕਰਦੇ ਹਾਂ। ਉਹ ਬਿਸਮਾਜ ਕਯੋ ਤਿਨ ਇਉਂ ਮੋਹੇ, ਉਹ ਜਿਹੜਾ ਘਰ ਵਾਲਾ ਸੀ, ਘਰ ਦਾ ਮਾਲਕ ਸੀ, ਉਹ ਸੁਣ ਕੇ ਬਾਕੀ ਦੇ ਸਾਥੀਆਂ ਦੀ ਗੱਲ ਬੜਾ ਹੈਰਾਨ ਹੋਇਆ ਹੈ। ਨਾਹੀਂ ਰਹੀ ਰਜਨੀ ਸੁਤਕਾਈ, ਉਹ ਅੱਗੋਂ ਕਹਿਣ ਲੱਗਾ, ਜੀ ਮੈਨੂੰ ਤੇ ਪਤਾ ਹੀ ਨਹੀਂ ਚੱਲਿਆ, ਮੇਰੀ ਤੇ ਸਾਰੀ ਰਾਤ ਸੁੱਤਿਆਂ ਬਤੀਤ ਹੋ ਗਈ ਹੈ। ਸੋ ਨੈ ਮਨ ਹੈ ਤਾਹੇ ਕਹਿਓ, ਉਹਨੇ ਬੜੀ ਵਾਰੀ ਸਮਝਾਇਆ ਆਪਣੇ ਨਾਲ ਦੇ ਸਾਥੀਆਂ ਨੂੰ, ਪਰ ਨਾਲ ਦੇ ਹੁਣ ਮੰਨਦੇ ਨਹੀਂ ਹਨ। ਝਗੜਾ ਬਹੁਗਾਰ ਕੋ ਦੇਰ ਰਾਈ, ਗੱਲ ਇਤਨੀ ਵੱਧ ਗਈ ਕਿ ਆਪਸ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ, ਤੱਕਾ ਮੁੱਕੀ ਸ਼ੁਰੂ ਹੋ ਗਈ, ਨਾਲ ਦੇ ਸਾਥੀ ਉਹਦੇ ਗਾਲਾਂ ਕੱਢਦੇ ਹਨ। ਹੱਥ ਲੱਗਾ ਬਹੁਤ ਧਨ ਤੋ ਕਹੋ, ਉਹਦੇ ਸਾਥੀ ਕਹਿੰਦੇ ਨੇ ਕਿ ਲੱਗਦਾ ਹੈ ਕਿ ਤੂੰ ਇਸ ਤਰ੍ਹਾਂ ਮੰਨਣ ਵਾਲਾ ਨਹੀਂ, ਕਿਉਂਕਿ ਤੈਨੂੰ ਧਨ ਬਹੁਤ ਉਸ ਰਾਹੀ ਦੇ ਕੋਲੋਂ ਮਿਲਿਆ ਹੈ। ਲਾਲਚ ਧਰ ਕੈ ਲੀਨ ਛੁਪਾਈ, ਤੂੰ ਲਾਲਚ ਨੂੰ
ਤੂੰ ਧਾਰਨ ਕੀਤਾ ਹੈ ਤੇ ਲਾਲਚ ਕਰਕੇ ਤੂੰ ਕੱਲਾ ਖਾਣਾ ਚਾਹੁੰਦਾ ਹੈ, ਸਾਨੂੰ ਦੇਣਾ ਨਹੀਂ ਚਾਹੁੰਦਾ। ਸੋ ਨਾ ਛੋੜੈ ਕੈਸੇ ਕਰੋ ਤੁਮ। ਉਹ ਕਹਿਣ ਲੱਗੇ ਬਾਕੀ ਦੇ ਉਹਦੇ ਸਾਥੀ ਕਿ ਜੋ ਮਰਜ਼ੀ ਤੂੰ ਕਰ, ਤੂੰ ਸੱਚ ਬੋਲ ਝੂਠ ਬੋਲ, ਪਰ ਅਸੀਂ ਤੈਨੂੰ ਕੱਲੇ ਨੂੰ ਖਾਣ ਨਹੀਂ ਦੇਣਾ, ਕੱਲੇ ਦੇ ਕੋਲ ਨਹੀਂ ਰਹਿਣ ਦੇਵਾਂਗੇ। ਬਸ ਹਮਾਰੇ ਤੇ ਲੇਤ ਸਦਾਈ। ਕਹਿਣ ਲੱਗੇ ਅੱਗੇ ਜਿਹੜਾ ਇਸ ਤਰ੍ਹਾਂ ਦਾ ਆਪਣਾ ਵਿਧਾਨ ਚੱਲਦਾ ਆਉਂਦਾ ਹੈ, ਜਿਹਦੇ ਕੋਲ ਵੀ ਆਵੇ ਤੇ ਸਾਰੇ ਦੇ ਸਾਰੇ ਵੰਡ ਕੇ ਖਾਂਦੇ ਨੇ, ਤੂੰ ਸਾਡੇ ਕੋਲੋਂ ਲੈਂਦਾ ਰਿਹਾ ਹੈ ਤੇ ਅਸੀਂ ਤੈਨੂੰ ਕੱਲੇ ਨੂੰ ਨਹੀਂ ਖਾਣ ਦੇਵਾਂਗੇ। ਕਿਉਂ ਅਬ ਤੂਸਨ ਬੈਠ ਰਹਾ ਸਭ। ਉਹ ਜਿਹੜਾ ਘਰ ਦਾ ਮਾਲਕ ਸੀ ਉਹ ਪਰੇਸ਼ਾਨ, ਉਹਨੂੰ ਸਮਝੇ ਕੁਝ ਨਾ ਕਿ ਹੁਣ ਮੈਂ ਕਰਾਂ ਤੇ ਕਰਾਂ ਕੀ, ਤੇ ਉਹ ਚੁੱਪ ਕਰਕੇ ਬੈਠਾ ਹੈ ਤੇ ਨਾਲ ਦੇ ਸਾਥੀ ਕਹਿੰਦੇ ਨੇ ਇਸ ਤਰ੍ਹਾਂ ਚੁੱਪ ਕੀਤਿਆਂ ਗੱਲ ਨਹੀਂ ਬਣੇਗੀ। ਕਾਰਡ ਨਿਕੇਤ ਤੇ ਦਿਓ ਦਿਖਾਈ। ਇਸ ਕਰਕੇ ਜੋ ਕੁਝ ਵੀ ਤੂੰ ਰਾਹੀਆਂ ਦੇ ਕੋਲੋਂ ਇਕੱਠਾ ਕੀਤਾ ਹੈ ਉਹ ਬਾਹਰ ਕੱਢ ਕੇ ਲਿਆ ਤੇ ਸਾਨੂੰ ਦਿਖਾ ਦੇ। ਆਨ ਕਰੀ ਨਿਜ ਪੀਰਨ ਕੀ ਤੈਨਾ। ਜਦੋਂ ਉਹਨੂੰ ਫਿਰ ਹੋਰ ਤੇ ਕੁਝ ਘਰ ਦੇ ਮਾਲਕ ਨੂੰ ਸੁਝਾ ਨਾ, ਉਹਨੇ ਫਿਰ ਆਪਣੇ ਜਿਨ੍ਹਾਂ ਦੀ ਵੀ ਉਹ ਪੂਜਾ ਕਰਦਾ ਸੀ, ਪੀਰਾਂ ਦੀ ਦੇਵਤਿਆਂ ਦੀ, ਉਹਨੇ ਉਹਨਾਂ ਦੀ ਕਸਮ ਚੁੱਕੀ ਹੈ। ਸਾਚ ਪਛਾਣਤ ਭੇ ਤਬ ਹੀ। ਜਦੋਂ ਉਸ ਘਰ ਦੇ ਮਾਲਕ ਨੇ ਕਿਹਾ ਕਿ ਮੈਨੂੰ ਆਪਣੇ ਪੀਰਾਂ ਦੀ ਕਸਮ ਲੱਗੇ ਜੇਕਰ ਮੈਂ ਝੂਠ ਬੋਲਾਂ, ਮੇਰੇ ਕੋਲ ਕੁਝ ਨਹੀਂ ਹੈਗਾ, ਮੈਂ ਤੇ ਰਾਤ ਸੁੱਤਾ ਹੀ ਰਹਿ ਗਿਆ, ਮੈਨੂੰ ਤੇ ਕੋਈ ਖਬਰ ਹੀ ਨਹੀਂ ਆਈ। ਜਦੋਂ ਉਹਨੇ ਇਸ ਤਰ੍ਹਾਂ ਦੇ ਨਾਲ ਕਸਮ ਦੀ ਗੱਲ ਕੀਤੀ ਫਿਰ ਸਾਰਿਆਂ ਨੇ ਪਹਿਚਾਣਿਆ ਕਿ ਇਹ ਵਾਕਿਆ ਸੱਚ ਬੋਲਦਾ ਹੈ। ਕੌਣ ਸੇ ਪੰਥ ਗਏ ਉੱਠ ਤੂਰਨ। ਫਿਰ ਸਾਰਿਆਂ ਨੇ ਇਸ ਪਾਸੇ ਧਿਆਨ ਦਿੱਤਾ ਕਿ ਜੇਕਰ ਇਹਦੇ ਕੋਲ ਕੁਝ ਨਹੀਂ, ਉਹ ਚਲੇ ਗਏ ਨੇ ਜਿਹੜੇ ਆਏ ਸਨ ਯਾਤਰੀ ਲੋਕ, ਤੇ ਫਿਰ ਦੇਖਣਾ ਚਾਹੀਦਾ ਹੈ ਕਿ ਉਹ ਗਏ ਕਿਹੜੇ ਰਸਤੇ ਹਨ। ਜੋ ਮਿਲ ਸੋਚ ਕਰੀ ਸਭ ਹੀ। ਇਸ ਤਰ੍ਹਾਂ ਦੇ ਨਾਲ ਮਿਲ ਕੇ ਸਾਰਿਆਂ ਨੇ ਖੋਜ ਭਾਲ ਕੀਤੀ ਹੈ, ਧਿਆਨ ਦਿੱਤਾ ਹੈ। ਗ੍ਰਾਮ ਕੀ ਚਾਰ ਦਿਸ਼ਾ ਅਵ ਲੋਕ ਕੈ। ਉਸ ਨਗਰ ਦੀਆਂ ਚਾਰ ਦਿਸ਼ਾਵਾਂ ਸਨ ਤੇ ਚਾਰੇ ਦਿਸ਼ਾਵਾਂ ਦੇ ਵੱਲ ਉਹਨਾਂ ਨੇ ਦੇਖਿਆ ਹੈ। ਪੈਰ ਕੋ ਖੋਜ ਪਿਖਿਓ ਜਬ ਹੀ। ਕੱਚਾ ਰਸਤਾ ਸੀ ਤੇ ਸਤਿਗੁਰੂ ਮਹਾਰਾਜ ਨਾਲ ਦੇ ਸਾਥੀ ਭਾਈ ਬਾਲਾ ਮਰਦਾਨਾ ਉਹਨਾਂ ਦੇ ਪੈਰਾਂ ਦੀ ਨਗਰ ਵਾਸੀਆਂ ਨੇ ਜਦੋਂ ਖੋਜ ਕੀਤੀ ਹੈ। ਮਾਨਵ ਜਵਾਨ ਚਲੇ ਤਬ ਚਾਰ। ਉਹਨਾਂ ਪੈਰਾਂ ਦੀ ਖੋਜ ਕਰਕੇ ਫਿਰ ਜਿਹੜੇ ਚਾਰ ਮਨੁੱਖ ਸਨ, ਚੰਗੇ ਜਵਾਨ ਤਾਕਤਵਰ ਸਨ, ਉਹ ਸਤਿਗੁਰੂ ਮਹਾਰਾਜ ਜੀ ਦੀ ਖੋਜ ਭਾਲ ਦੇ ਲਈ ਮਗਰ ਗਏ ਹਨ। ਕਹਿ ਕਹਿ ਗਏ ਹਮ ਜਾ ਅਬ ਹੀ। ਉਹ ਕਹਿੰਦੇ ਨੇ ਚਾਰੇ ਦੇ ਚਾਰੇ ਕਿ ਅਸੀਂ ਹੁਣੇ ਹੀ ਜਾ ਕੇ ਉਹਨਾਂ ਨੂੰ ਤਿੰਨਾਂ ਨੂੰ ਪਕੜ ਕੇ ਲਿਆਵਾਂਗੇ। ਇਹ ਚਾਰੇ ਬੜੇ ਬਲ ਵਾਲੇ ਨੇ, ਤਾਕਤਵਰ ਹਨ, ਚਾਰੇ ਦੇ ਚਾਰੇ ਸਤਿਗੁਰੂ ਮਹਾਰਾਜ ਜੀ ਨੂੰ ਪਕੜਨ ਦੇ ਲਈ ਚੱਲੇ ਨੇ। ਇਹ ਸਤਿਗੁਰਾਂ ਨੂੰ ਕਿਸ ਤਰ੍ਹਾਂ ਦੇ ਨਾਲ ਪਕੜਦੇ ਨੇ ਤੇ ਮਹਾਰਾਜ ਇਹਨਾਂ ਦੇ ਨਾਲ ਕੀ ਖੇਡ ਵਰਤਾਉਂਦੇ ਨੇ, ਇਸ ਸਾਰੀ ਵਿਚਾਰ ਨੂੰ ਕੱਲ ਦੇ ਦੀਵਾਨ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ। ਹੁਣ ਕੁਝ ਤਕਰੀਬਨ 8 ਵਜੇ ਦੇ ਤੱਕ ਵਾਹਿਗੁਰੂ ਨਾਮ ਸਿਮਰਨ, ਜੋ ਕਿ ਹਰ ਹਫ਼ਤੇ ਸ਼ਨੀਵਾਰ ਇਸ ਸਮੇਂ ਹੁੰਦਾ ਹੈ, ਉਹਦੀ ਆਰੰਭਤਾ ਹੋਵੇਗੀ। ਗੁਰੂ ਘਰ ਦੇ ਵਿੱਚ ਨਾਮ ਦਾ ਸਭ ਤੋਂ ਜ਼ਿਆਦਾ ਮਹਾਤਮ ਗੁਰਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਵਾਰ ਵਾਰ ਕਿਰਪਾ ਕੀਤਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਉਹ ਤੇ ਨਾਮ ਸਿਮਰਨ ਦੇ ਬਾਰੇ ਜਦੋਂ ਉਹਨਾਂ ਦੇ ਕੋਲੋਂ ਪੁੱਛਿਆ ਗਿਆ ਭਾਈ ਗੁਰਦਾਸ ਜੀ ਦੇ ਕੋਲੋਂ ਕਿ ਇਹ ਚਾਰ ਅੱਖਰ ਨੇ ਜਿਨ੍ਹਾਂ ਦੀ ਗੁਰਮਤ ਦੇ ਵਿੱਚ ਗੱਲ ਹੈ, ਵਾਹਿਗੁਰੂ ਸ਼ਬਦ ਚਾਰ ਤੇ ਅੱਖਰ ਨੇ, ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਕਿ ਇਹ ਚਾਰ ਅੱਖਰ ਮਨੁੱਖ ਦੇ ਲਈ ਸੁਖਦਾਈ ਹੋ ਸਕਦੇ ਨੇ, ਇਹ ਛੋਟੇ ਜਿਹੇ ਚਾਰ ਅੱਖਰ ਇੱਕ ਮੰਤਰ ਵਾਹਿਗੁਰੂ ਸ਼ਬਦ ਕਿਆ ਇਹ ਮਨੁੱਖ ਦੇ ਸਾਰੇ ਦੁੱਖਾਂ ਨੂੰ ਕੱਟ ਸਕਦਾ ਹੈ, ਇਹ ਚਾਰ ਅੱਖਰਾਂ ਦਾ ਇੱਕ ਮੰਤਰ ਕਿਆ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਖਤਮ ਕਰ ਸਕਦਾ ਹੈ। ਭਾਈ ਗੁਰਦਾਸ ਜੀ ਨੇ ਉੱਥੇ ਫਿਰ ਤਿੰਨ ਉਦਾਹਰਣਾਂ ਦਿੱਤੀਆਂ ਸਨ। ਭਾਈ ਸਾਹਿਬ ਜੀ ਕਹਿੰਦੇ ਨੇ ਕਦੇ ਹੀਰਾ ਦੇਖਿਆ ਹੈ? ਕਹਿਣ ਲੱਗੇ ਜੀ ਦੇਖਿਆ ਹੈ ਤੇ ਨਹੀਂ ਪਰ ਦੇਖਿਆ। ਭਾਈ ਸਾਹਿਬ ਕਹਿੰਦੇ ਨੇ ਹੀਰਾ ਹੁੰਦਾ ਤੇ ਬਹੁਤ ਛੋਟਾ ਹੈ, ਪਰ ਜਦੋਂ ਉਹਦੀ ਕੀਮਤ ਪਾਈ ਜਾਂਦੀ ਹੈ ਤੇ ਫਿਰ ਪਤਾ ਚੱਲਦਾ ਹੈ ਕਿ ਇਹ ਹੈ ਕੀ ਚੀਜ਼। ਫਿਰ ਭਾਈ ਸਾਹਿਬ ਜੀ ਉਹਨਾਂ ਦੇ ਸਮਿਆਂ ਦੇ ਵਿੱਚ ਸਤਿਗੁਰਾਂ ਦੇ ਸਮੇਂ ਹੁੰਡੀ ਕਰਵਾਉਂਦੇ ਸਨ, ਅੱਜ ਦੇ ਸਮੇਂ ਦੇ ਵਿੱਚ ਕਹਿ ਲਈਏ ਚੈੱਕ ਹੁੰਦਾ ਹੈ। ਤੂੰ ਚੈੱਕ ਕੀ ਹੁੰਦਾ ਹੈ? ਇੱਕ ਛੋਟਾ ਜਿਹਾ ਕਾਗਜ਼, ਹੋਰ ਤੇ ਕੁਝ ਵੀ ਨਹੀਂ। ਤੂੰ ਚੈੱਕ ਹੈ ਤੇ ਛੋਟਾ ਜਿਹਾ ਇੱਕ ਕਾਗਜ਼ ਦਾ ਟੁਕੜਾ, ਕੁਝ ਵੀ ਨਹੀਂ, ਪਰ ਉਹਦੀ ਰਕਮ ਨੂੰ ਜਦੋਂ ਭਰਿਆ ਜਾਂਦਾ ਹੈ ਤੇ ਬੈਂਕ ਦੇ ਵਿੱਚ ਜਾ ਕੇ ਉਹਨੂੰ ਕੈਸ਼ ਕਰਵਾਇਆ ਜਾਂਦਾ ਹੈ, ਤੋ ਫਿਰ ਤੇ ਜੇਬਾਂ ਭਰ ਜਾਂਦੀਆਂ ਨੇ, ਖਜ਼ਾਨੇ ਭਰ ਜਾਂਦੇ ਨੇ। ਹੈ ਤੇ ਇੱਕ ਛੋਟਾ ਜਿਹਾ ਟੁਕੜਾ ਕਾਗਜ਼, ਚੈੱਕ ਹੈ ਤੇ ਕੁਝ ਵੀ ਨਹੀਂ। ਫਿਰ ਭਾਈ ਸਾਹਿਬ ਜੀ ਕਹਿੰਦੇ ਨੇ ਬੋਰਡ ਦਾ ਬੀਜ ਦੇਖਿਆ? ਕਹਿਣ ਲੱਗੇ ਜੀ ਦੇਖਿਆ। ਤੋ ਬੋਰਡ ਦਾ ਬੀਜ ਆਮ ਸਾਰੇ ਬੀਜਾਂ ਦੇ ਨਾਲੋਂ ਛੋਟਾ ਹੁੰਦਾ ਹੈ ਤੇ ਬੋਰਡ ਦਾ ਰੁੱਖ ਆਮ ਸਾਰੇ ਰੁੱਖਾਂ ਦੇ ਨਾਲੋਂ ਵੱਡਾ ਹੁੰਦਾ ਹੈ। ਪੰਜਾਬ ਦੇ ਵਿੱਚ ਤੇ ਬਹੁਤ ਨੇ, ਇੱਥੇ ਪਤਾ ਨਹੀਂ ਕਿਸ ਤਰ੍ਹਾਂ ਦੇ ਨੇ। ਤੋ ਛੋਟਾ ਜਿਹਾ ਬੀਜ ਬੋਰਡ ਦਾ, ਬੀਜ ਬਹੁਤ ਛੋਟਾ ਤੇ ਰੁੱਖ ਇਤਨਾ ਵੱਡਾ, ਛੋਟੇ ਜਿਹੇ ਬੀਜ ਦੇ ਵਿੱਚੋਂ
ਹੀਰਾ ਛੋਟਾ ਜਿਹਾ ਤੇ ਇਤਨੀ ਕੀਮਤ ਚੈੱਕ ਦਾ ਇੱਕ ਟੁਕੜਾ ਤੇ ਉਸਦੀ ਇਤਨੀ ਕੀਮਤ ਇਤਨੀ ਰਕਮ ਹੁੰਦੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਦੇ ਨਾਲ ਗੁਰੂ ਦਾ ਮੰਤਰ ਹੈ ਤੇ ਚਾਰ ਅੱਖਰ ਦੇਖਣ ਨੂੰ ਲੱਗਣਗੇ, ਚਾਰ ਅੱਖਰ ਨੇ ਕੀ ਹੈ, ਵਾਹਿਗੁਰੂ ਸ਼ਬਦ ਹੈ, ਇੱਕ ਅੱਖਰ ਹੈ, ਪਰ ਜਦੋਂ ਇਸ ਨੂੰ ਕੋਈ ਜਪਦਾ ਹੈ, ਜਦੋਂ ਇਸ ਦੀ ਕੋਈ ਆਰਾਧਨਾ ਕਰਦਾ ਹੈ, ਫਿਰ ਭਾਈ ਸਾਹਿਬ ਕਹਿੰਦੇ ਨੇ ਜਾਂ ਤੇ ਉਹ ਜਾਣਦਾ ਹੈ ਜਿਹਨੇ ਵਾਹਿਗੁਰੂ ਮੰਤਰ ਨੂੰ ਜਪਿਆ ਹੈ, ਤੇ ਜਾਂ ਫਿਰ ਗੁਰੂ ਇਸ ਦੇ ਮਹਾਤਮ ਨੂੰ ਜਾਣਦਾ ਹੈ, ਦੂਜਾ ਨਹੀਂ ਜਾਣ ਸਕਦਾ। ਇਹ ਤੇ ਉਹ ਦਾਤ ਹੈ ਕਿ ਜਿਹੜੀ ਜਪਣ ਦੇ ਨਾਲ ਹੀ ਪਤਾ ਚੱਲਦੀ ਹੈ। ਭਗਤ ਕਬੀਰ ਕਹਿੰਦੇ ਨੇ ਅਲੌਤਿਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਇਹ ਤੇ ਅਲੌਤਿਕਾ ਬਰੇਡਾ ਹੈ, ਇੱਕ ਤਰ੍ਹਾਂ ਦਾ ਸ਼ਰਬਤ ਹੈ, ਜਿਹੜਾ ਪੀਂਦਾ ਹੈ ਉਹੀ ਜਾਣਦਾ ਹੈ। ਫਿਰ ਭਗਤ ਕਬੀਰ ਜੀ ਨੇ ਤੇ ਸ਼ਰਾਬ ਦੀਆਂ ਉਦਾਹਰਨਾਂ ਦਿੱਤੀਆਂ ਨੇ, ਉਹ ਕਹਿੰਦੇ ਨੇ ਜਿਹੜਾ ਸ਼ਰਾਬ ਨੂੰ ਪੀਂਦਾ ਹੈ ਨਸ਼ਾ ਉਸੇ ਨੂੰ ਹੁੰਦਾ ਹੈ, ਦੂਜਿਆਂ ਤੇ ਲਾਗੇ ਬੈਠਾ ਰਵੇ ਤੇ ਕੁਝ ਨਹੀਂ ਪਤਾ ਚੱਲਦਾ। ਤੋ ਇਸ ਤਰ੍ਹਾਂ ਦੇ ਨਾਲ ਇਹ ਨਾਮ ਇੱਕ ਨਸ਼ਾ ਹੈ ਔਰ ਐਸਾ ਨਸ਼ਾ ਹੈ ਜਿਹਦੇ ਨਾਲ ਤਿੰਨਾਂ ਲੋਕਾਂ ਦੀ ਖਬਰ ਹੋ ਜਾਂਦੀ ਹੈ। ਇਹ ਇਸ ਤਰ੍ਹਾਂ ਦਾ ਮੰਤਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ ਹੈ। ਪੰਜ ਪਿਆਰੇ ਸਾਹਿਬਾਨ ਦੇ ਕੋਲੋਂ ਇਹ ਦਾਤ ਮਿਲਦੀ ਹੈ ਬੜੇ ਭਾਗਾਂ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ। ਤੋ ਐਸੇ ਮੰਤਰ ਦਾ ਜੋ ਹੀਰਿਆਂ ਵਰਗਾ ਹੈ, ਜੋ ਬੋੜ ਦੇ ਬੀਜ ਦੀ ਤਰ੍ਹਾਂ ਛੋਟਾ ਪਰ ਵੱਡੀਆਂ ਰਹਿਮਤਾਂ ਕਰਨ ਵਾਲਾ, ਐਸੇ ਨਾਮ ਸਿਮਰਨ ਦਾ ਹੁਣ ਅਭਿਆਸ ਸ਼ੁਰੂ ਹੋਵੇਗਾ। ਸਤਿਗੁਰੂ ਮਹਾਰਾਜ ਮਿਹਰਮਤ ਕਰਨ, ਸਾਰਿਆਂ ਨੂੰ ਇਕਾਗਰਤਾ ਦੇ ਨਾਲ ਨਾਮ ਜਪਣ ਦੀ ਸਮਤ ਬਖਸ਼ਣ, ਕਿਉਂਕਿ ਸਤਿਗੁਰੂ ਇਹ ਵੀ ਕਿਰਪਾ ਕਰਦੇ ਨੇ ਸੇ ਸਿਮਰਹਿ ਜਿਨ ਆਪ ਸਿਮਰਾਏ। ਸਿਮਰਨ ਵੀ ਉਹ ਕਰਦਾ ਏ ਜਿਹਦੇ ਤੇ ਉਹਦੀ ਆਪਣੀ ਮਿਹਰ ਹੋਵੇ। ਸਤਿਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ, ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਣੀ ਜੀ। ਮਾਨਵ ਜਵਾਨ ਚਲੇ ਤਬ ਚਾਰ, ਕਹਿ ਕਹਿ ਗਏ ਹਮ ਜਾ ਅਬ ਹੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾ ਪਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈ, ਦੁਖ ਪੰਜਨ ਗੁਣ ਦਾਸ। ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ, ਹੇ ਗੁਣ ਨਿਦਾਨ, ਜਾ ਕੈ ਸਦਾ ਬਿਵੇਕ। ਹੇ ਅਪਰੰਪਰ ਹਰ ਹਰੇ, ਹਹਿ ਪੀ ਹੋਵਨ ਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਦਾਰਾ ਆਨ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੈ ਜੋ ਸਰਦਾ ਕਰ ਸੇਵ ਦੇ, ਗੁਰ ਤਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੈ ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।